विद्यार्थी 1550 एम ते तुहाडा स्वागत है। मैं तुहाडा मेजबान हरजीत सिंह गिल। 12:36 हो गए 16 सितंबर का दिन है, वरा 2021 का वीरवार है। अस्सू महीने की संगरांद है ते साल है गुरु बाबे वाला 553। निघा हार्दिक स्वागत। अज की लोकसभा दे विच पहला कुछ इंटरव्यू होनिया ने, वोटां दा दिन है। सब तो पहला देव सिद्धू एबसफोर्ड दे विच कौंसलर दी चोण लड़ रहे ने, देव सिद्धू नाल गलबात होएगी। उस तो बाद राजी तूर फ्लीटवुड पोर्टकल दे विचों एनडीपी दे उम्मीदवार ने 1:05 ते ओह गलबात करनगे। ते फिर अज ब्रह्मंड दी गल चलेगी, फिर अगले ग्रह दी, धरती तक आ गए, हुण मंगल ते चलांगे। ते नाल ही स्पेस एक्स वालों छड्या होया ड्रैगन जिहड़ा कैप्सूल आ, कैप्सूल वावे नाल कहदे हुंदे पुराणे वाले, कहिंदा कै गोली नालों कैप्सूल ही दे दिंदा, गोडे दुखदे ने। 1-844-247-1550 ऑनियर नंबर है, ते 604-729-1224 वट्सएप ते टैक्सट लई नंबर है। लाड़ा विच जम्मे रत नूं हुण वेला है पिघलाण दा, धरती भी इको मंग है हथ फड़ना है असमान का। समया के वेग नुरख्या कुछड़ा में लैके रखिया, जो बुझदिया बाल दे कोई है मसाला हार का। नाड़ा में जमे रत नेड़ा है पिघलाण का, कोयलों के बोली बैन ने मोर के अखी खून है, होठां के वल भुलिया साजा ते नगपे नगमे गाण का। नाड़ा में जमे रत नेड़ा है पिघलाण, निकलो असी जेड़े घर चो सिर लैके लोईया कालिया, कोई राह तो दसो हाणी हो उन्हां दे वापस आण दा। नाड़ां विच जम्मे रत नूं हुण वेड़ा है पगलाण दा, सिजदे ते जो सी झुक गईयां उह सोचां किसने बदलियां, जज्बे गवाचे लभीए मसला है पहचान दा। नाड़ां विच जम्मे रत नूं हुण वेड़ा है पगलाण दा, धरती दी इको मंग है हथ फड़ना है असमान। सुरेंद्र सिंह मांगड़ दाऊ माजरा इउं लिखदा, नेत्र उहदा नावल सिरे है, हथ च कर लिओ कापी छेती। 12:40 होया जी, धन्नवाद सारिआं दा जिन्ने भी प्रोग्राम देख रहे हो। देव सिद्धू मेरे नाल ने एबसफोर्ड तों। देव सिद्धू नूं भाईचारा उत्थे दा जाणदा, देव सिद्धू कम्यूनिटी च कम करन वाला रादर परिवार ही सारा कम्यूनिटी ਦੇ ਲਈ ਤਤਪਰ ਹੈ। ਪਿਛਲੀ ਵਾਰ ਥੋੜੀਆਂ ਜਿਹੀਆਂ ਵੋਟਾਂ ਤੇ ਦੇਵ ਸਿੱਧੂ ਕੌਂਸਲ ਹਾਰੇ ਸੀ, ਉਹ ਵੀ ਪੰਜਾਬੀ ਸਟਾਈਲ ਹੋ ਗਿਆ ਸੀ। ਦੇਵ ਸਿੱਧੂ ਉਹਨਾਂ ਨੂੰ ਵਲ ਛਲ ਪਤਾ ਨਹੀਂ ਸੀ, ਉਹ ਕਹਿੰਦੇ ਮੇਰੇ ਕੋਲ ਵੋਟਾਂ ਬਹੁਤ ਹੋ ਗਈਆਂ ਜੀ, ਨਾਲ ਦੇ ਅਨੁਸਾਰ। ਸੋ ਐਨੀਵੇਜ਼, ਇਹਦੀ ਕੋਈ ਗੱਲ ਮਨ ਦੇ ਵਿੱਚ ਸੇਵਾ ਕਰਨ ਦਾ ਬਲਬਲਾ ਚਾਹੀਦਾ, ਸਾਹਿਬ ਆਪ ਹੀ ਸਮਾਂ ਦੇ ਦਿੰਦਾ, ਦੁਬਾਰਾ ਆ ਜਾਂਦਾ। ਤੇ ਨਹੀਂ ਤਾਂ 4 ਸਾਲ ਵੇਟ ਕਰਨੀ ਪੈਣੀ ਸੀ। ਬੰਦਾ ਇੱਕ ਕੌਂਸਲਰ MLA ਬਣ ਗਿਆ, MLA ਬਣ ਤੋਂ ਬਾਅਦ ਜਗ੍ਹਾ ਖਾਲੀ ਹੋ ਗਈ, ਤੇ ਸਾਲ ਨੀ ਪਿਆ ਹਲੇ, ਤਾਂ ਸਾਲ ਹੋਣਾ ਹੈ ਅਕਤੂਬਰ ਚ, ਅਗਲੇ ਮਹੀਨੇ ਵੋਟਾਂ ਪਈਆਂ। ਦੇਵ ਸਿੱਧੂ ਕੌਂਸਲਰ ਦੀ ਚੋਣ ਲੜ ਰਹੇ ਨੇ। ਦੇਵ ਸਿੱਧੂ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ, ਐਂਡ ਸਤਿ ਸ੍ਰੀ ਅਕਾਲ ਤੁਹਾਡੇ ਲਿਸਨਰਸ ਨੂੰ ਵੀ। ਥੈਂਕ ਯੂ, ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਗੱਲ ਕਰਨ। ਦੇਵ, ਆਨ ਗੋਇੰਗ ਪ੍ਰੋਸੈਸ ਆ ਕਮਿਊਨਿਟੀ ਦੇ ਵਿੱਚ, ਐਕਟਿਵਿਜ਼ਮ ਆ ਜਿਹੜਾ ਉਹ ਕਦੇ ਰੁਕਦਾ ਨਹੀਂ ਹੁੰਦਾ। ਤੁਸੀਂ ਹਰ ਵਕਤ ਜਦ ਉਹ ਘੋੜੇ ਤੇ ਸਵਾਰ ਹੋ, ਉਹ ਛਾਲਾਂ ਮਾਰਦਾ ਜਾਂਦਾ, ਉਹ ਕਦੇ ਵੱਟਾਂ ਟੱਪਦਾ, ਕਦੇ ਕੱਸੀਆਂ ਟੱਪਦਾ, ਕਦੇ ਵਸੀਮਿਆਂ ਤੇ ਹਿਣਕਦਾ। ਜਿਹੜੀ ਕਮਿਊਨਿਟੀ ਲਈ ਕਰਨ ਦਾ ਸ਼ੌਕ ਹੁੰਦਾ ਉਹਦੇ ਲਈ ਰੁਤਬਿਆਂ ਦੀ ਲੋੜ ਨਹੀਂ, ਉਹ ਹਰ ਵਕਤ ਐਕਟਿਵ ਹੈ। ਕੋਈ ਵੀ ਕੰਮ ਹੋ ਗਿਆ ਉਹਨੇ ਅੱਗੋਂ ਹੋ ਕੇ ਕਹਿਣਾ ਲਿਆ ਮੈਂ ਕਰ। ਸੋ ਹੁਣ ਜਦ ਇੱਕ ਉਹਦੇ ਲਈ ਲੜ ਰਹੇ ਹੋ, ਹੁਣ ਤੱਕ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ ਪਿਛਲੇ ਸਾਲਾਂ ਤੋਂ, ਤੇ ਲੇਟਲੀ ਹੁਣ ਇਸ ਕੈਂਪੇਨ ਚ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਪ੍ਰਾਇਓਰਟੀ ਤੇ ਨੇ ਕਮਿਊਨਿਟੀ ਦੇ, ਜਿਹੜੀਆਂ ਤੁਸੀਂ ਲੋਕਾਂ ਚ ਮਿਲ ਕੇ ਬੈਠ ਕੇ ਪਤਾ ਕੀਤੀਆਂ ਕਿ ਕਮਿਊਨਿਟੀ ਇਸ ਗੱਲ ਤੋਂ ਫਿਕਰਮੰਦ, ਕਿਹੜੀਆਂ ਗੱਲਾਂ? ਹਾਂਜੀ, ਸੋ ਬਾਈ ਜੀ, ਗੱਲਾਂ ਤਾਂ ਹੈਗੀਆਂ ਆਪਣੇ 4-5 ਬਹੁਤ ਮੇਨ ਇਸ਼ੂਜ ਆ, ਪਰ ਕਿਹੜਾ ਮੈਨੂੰ ਬਹੁਤ ਇੰਪੋਰਟੈਂਟ ਲੱਗਦਾ ਹੈ ਆਪਣੇ ਭਾਈਚਾਰੇ ਦੇ ਨਾਲ ਜਦੋਂ ਮੈਂ ਗੱਲ ਕਰਦਾ, ਇੰਪੋਰਟੈਂਟ ਕਰਦਾ ਆਪਣੀ ਜਿਹੜੀ ਯੂਥ ਆ, ਨੌਜਵਾਨਾਂ ਦੀ। ਹੁਣ ਇੱਥੇ ਐਬਸਫੋਰਡ ਚ ਉਹ ਆਪਣੇ ਜਵਾਕ ਹੁਣ ਇੱਥੇ ਗਰੋ ਅਪ ਕਰੀ ਜਾਂਦੇ, ਮੇਰੇ ਵਰਗੀ ਇੱਥੇ ਐਬਸਫੋਰਡ ਦੇ ਜੰਮੇ ਪਲੇ ਆ ਜੀ। ਪਰ ਆਪਣੀ ਹੁਣ ਦੇਖੋ, ਕੋਈ ਕੋਈ ਯੂਥ ਹੈਗੇ ਆ, ਕੋਈ ਗਲਤ ਕੰਮ ਕਰਦੇ ਆ, ਕੋਈ ਇੱਦਾਂ ਕਰਦੇ ਆ, ਉਹ ਜਦੋਂ ਹੁਣ ਆਪਾਂ ਬਹਿ ਕੇ ਗੱਲ ਕਰਦੇ ਹਾਂ ਜਵਾਕਾਂ ਨਾਲ, ਦੇਖੋ ਤੁਹਾਡੀ ਕੀ ਇਸ਼ੂਜ਼ ਆ, ਤੁਹਾਡੇ ਤੁਸੀਂ ਕੀ ਮੰਗਦੇ ਆ ਆਪਣੀ ਕਮਿਊਨਿਟੀ ਚ, ਬਹੁਤ ਬਹੁਤ ਚੰਗੀ ਸਲਾਹ ਦਿੰਦੇ ਆ ਜੀ। ਉਹ ਕਹਿੰਦੇ ਪਹਿਲੀ ਵਾਰੀ
ਬਹੁਤ ਗਰੁੱਪਾਂ ਕੱਲ ਵੀ ਮਿਲੇ ਅਸੀਂ ਮਿਲਣ ਲੱਗ 30-40 ਦੇ ਆਪਣੇ ਯੰਗ 25 ਨੇ ਜਾਂ ਅੰਡਰ 25 ਈਅਰਸ ਓਲਡ ਸਾਰੇ ਨੇ ਆ ਕਿਹਾ ਕਿ ਅਸੀਂ ਪਹਿਲਾਂ ਤੁਸੀਂ ਪਹਿਲਾਂ ਆਇਆ ਕਿਹੜਾ ਪੋਲੀਟੀਸ਼ੀਅਨ ਉਹ ਬੰਦਾ ਆ ਕੇ ਪੁੱਛਦੇ ਆ ਤੁਸੀਂ ਕੀ ਚਾਹੁੰਦੇ ਆ ਸੋ ਉਹ ਮੁੱਦਾ ਆਪਣਾ ਨੰਬਰ 1 ਪ੍ਰਾਇਓਰਟੀ ਹੈ ਦੈਟ ਆਪਣੀ ਨੌਜਵਾਨਾਂ ਦੀ ਆਵਾਜ਼ ਪਹੁੰਚੇ ਸ੍ਰੀ ਹੋਰ ਵੀ ਐਂਡ ਕਿਵੇਂ ਉਹ ਆਪਾਂ ਕਰਨਾ ਹੁਣ ਦੇਖੋ ਆਪਣੇ ਰੈਕ ਸੈਂਟਰ ਐਬਸਫੋਰਡ ਚ ਬਣੇ ਹੋਏ ਆ ਦੋ ਤਿੰਨ ਬਟ ਬਹੁਤ ਪੁਰਾਣੇ ਆ 1995 ਚ ਬਣੇ ਸੀ ਜਦੋਂ ਆਪਣੀ ਯੂਥ ਹੈਗਾ ਉੱਥੇ ਜਾ ਕੇ ਗੇਮਾਂ ਖੇਡ ਸਕਦੇ ਆ ਜੀ ਯੂ ਨੋ ਕੰਪਿਊਟਰ ਹੋਵੇ ਯੂ ਨੋ ਫੂਡ ਟੇਬਲਸ ਸਾਰਾ ਕੁਛ ਕਿਹੜੇ ਐਕਟੀਵਿਟੀਜ਼ ਹੈਗੇ ਆ ਆਪਣੇ ਕਮਿਊਨਿਟੀ ਵਿੱਚ ਉਹ ਫਿਰ ਬਿਜ਼ੀ ਰਹਿੰਦੇ ਆ ਬਾਈ ਜੀ ਰਾਈਟ ਜਦੋਂ ਬਿਜ਼ੀ ਰਹਿੰਦੇ ਆ ਜਦੋਂ ਘਰੇ ਜਾਂਦੇ ਟਾਇਰਡ ਆਫ ਹੋ ਜਾਂਦੇ ਆ ਇਹ ਆਪਾਂ ਮੁਹਰੇ ਲੈ ਕੇ ਆਉਣਾ ਮੰਗਦੇ ਨੇ ਕਿਉਂ ਨੀ ਆਪਣੇ ਹੋਰ ਐਕਟੀਵਿਟੀਜ਼ ਹੋਵੇ ਆਪਣੇ ਯੂਥ ਵਾਸਤੇ ਜਿੰਮਾਂ ਹੋਵੇ ਸਪੋਰਟਸ ਹੋਵੇ ਉਹ ਕੀ ਕੀ ਕਰਨਾ ਮੰਗਦੇ ਵੀ ਸ਼ੁਡ ਹੈਵ ਦੈਟ ਪ੍ਰੋਵਾਈਡਡ ਫੋਰ ਦੈਮ ਰਾਈਟ ਸੋ ਉਹ ਨਾਲੇ ਵੀ ਬਹੁਤ ਆ ਹੁਣ ਐਟ ਅ ਯੰਗ ਏਜ ਆਪਣੇ ਕਮਿਊਨਿਟੀ ਚ ਬਿਜ਼ਨਸ ਕਰਨਾ ਮੰਗਦੇ ਬਟ ਦੇ ਡੋਨਟ ਹੈਵ ਐਕਸੈਸ ਟੂ ਦੈਟ ਇਨਫੋਰਮੇਸ਼ਨ ਸੋ ਉਹ ਮੇਰਾ ਨੰਬਰ 1 ਪ੍ਰਾਇਓਰਟੀ ਹੈ ਗਿਲ ਸਾਹਿਬ ਦੇਵ ਤੁਸੀਂ ਜਦ ਬੜੇ ਵੱਡੇ ਜਵਾਨ ਹੋਏ ਇੱਥੋਂ ਜਦ ਸਾਡੇ ਝਗੜੇ ਕੁਛ ਪਰਿਵਾਰਾਂ ਦੇ ਜਵਾਕਾਂ ਦੇ ਵਧੇ ਇੱਥੇ ਉਹਦੇ ਵਿੱਚੋਂ ਗੈਂਗ ਦਾ ਨਾਮ ਮੈਂ ਉਸਨੂੰ ਐਕਸੈਪਟ ਨਹੀਂ ਕਰਦਾ ਗੈਂਗ ਨੋਟੋਰੀਅਸ ਹੁੰਦੇ ਨੇ ਗੈਂਗ ਬਹੁਤ ਵੱਡੇ ਹੁੰਦੇ ਨੇ ਗੈਂਗ ਫੁੱਲ ਟਾਈਮ ਡਰੱਗਾਂ ਹੀ ਵੇਚਦੇ ਨੇ ਗੈਂਗ ਰਾਈਵਲੀ ਕਰਦੇ ਨੇ ਗੈਂਗ ਇੱਕ ਦੂਜੇ ਨੂੰ ਮਾਰਦੇ ਨੇ ਪਰ ਸਾਡੇ ਜਵਾਕ ਇਹ ਪਰਸੈਂਟੇਜ ਬਹੁਤ ਘੱਟ ਆ ਪਰ ਤੁਸੀਂ ਇਹ ਚੀਜ਼ਾਂ ਉੱਥੇ ਡਿਵੈਲਪ ਹੁੰਦੀਆਂ ਨੇੜਿਓਂ ਵੇਖੀ ਕਿਹੜੀ ਚੀਜ਼ ਹੈ ਜਿਹੜੀ ਸਾਡੇ ਇਹਨਾਂ ਜਵਾਕਾਂ ਨੂੰ ਟ੍ਰਿਗਰ ਕਰ ਗਈ ਉਸ ਸਮੇਂ ਜਦ ਲੜਨ ਲੱਗੇ ਤੇ ਉਹਦੇ ਤੋਂ ਆਪਾਂ ਪਰਾਂ ਕਿਵੇਂ ਰਹਿ ਸਕਦੇ ਹਾਂ ਅਗਲੀ ਵਾਰ ਜਦ ਤੁਸੀਂ ਜੇ ਸਿਟੀ ਹਾਲ ਚ ਬਹਿਨੇ ਹੋ ਕਿਹੜੀਆਂ ਚੀਜ਼ਾਂ ਮਨ ਦੇ ਵਿੱਚ ਨੇ ਜਿਹੜੀਆਂ ਤੁਸੀਂ ਜਿਹੜੀਆਂ ਇੰਟੈਕਟ ਕਰਨਾ ਚਾਹੁੰਦੇ ਹੋ ਵੀ ਮੈਂ ਆਹ ਕਰਾਂ ਇਹ ਦੁਬਾਰਾ ਨਾ ਹੋਵੇ ਸਾਡੇ ਹਾਂਜੀ ਸੋ ਇਹ ਗੁਰੂ ਸਾਹਿਬ ਜੀ ਹੁਣ ਦੇਖੋ ਆਪਣੇ ਹੁਣ ਜਦੋਂ ਆਪਣੇ ਜਵਾਕ ਵੱਡੇ ਹੋ ਜਾਂਦੇ ਇਹ ਮੈਂ ਆਪਦੀ ਗੱਲ ਕਰਦਾ ਤੁਹਾਨੂੰ ਦੱਸਦਾ ਜਦੋਂ ਮੈਂ ਚੋਣ ਲੜਨਾ ਮੰਗਦਾ ਸੀ ਬਹੁਤ ਬੰਦੇ ਮੈਨੂੰ ਕਹਿੰਦੇ ਸੀ ਤੂੰ ਨਾ ਖੜ ਤੂੰ ਹਜੇ ਜਵਾਕ ਮੈਂ 36 ਈਅਰਸ ਓਲਡ ਹਾਂ ਆਪਾਂ ਜਵਾਕ ਤਾਂ ਚਲੋ ਹੈ ਨੀ ਬਟ ਇਹ ਪਰਸੈਪਸ਼ਨ ਆਪਣੀ ਕੌਮ ਚ ਇਹ ਕੱਢਣੀ ਪੈਣੀ ਹੈ ਜਵਾਕ ਤਾਂ ਮੇਰੀ ਬੇਟੀ ਹੈ ਇੱਕ ਸਾਲ ਦੀ ਹੈ ਜੀ ਉਹ ਜਵਾਕ ਹੈ ਬਟ ਆਪਾਂ ਕਿਹੜੀ ਗੱਲ ਹੁਣ ਮੁਹਰੇ ਕਰਨਾ ਮੰਗਦੇ ਹਾਂ ਸਾਰਿਆਂ ਦੇ ਕੰਮ ਮੈਂ ਚਾਹੁੰਦਾ ਜੀ ਆਪਣੀ ਸਾਰਿਆਂ ਦੀ ਆਵਾਜ਼ ਬਣ ਕੇ ਸਿਟੀ ਹਾਲ ਪਹੁੰਚਾਉਂਗਾ ਮੈਂ ਜਦੋਂ ਹੁਣ ਬੰਦੇ ਕਹਿੰਦੇ ਆ ਤੂੰ ਹਜੇ ਜਵਾਕ ਆ ਤੈਨੂੰ ਹਜੇ ਤੂੰ ਡੀਂਗ ਲਾ ਹੋਰ ਬੰਦਿਆਂ ਨੂੰ ਆਪਾਂ ਟਾਈਮ ਦਿੰਦੇ ਹਾਂ ਏਦਾਂ ਤਾਂ ਇਹ ਮੈਨੂੰ ਲੱਗਦਾ ਆਪਣੀ ਇਹ ਆਪਣੀ ਮਾਇੰਡ ਚੇਂਜ ਕਰਨੀ ਪੈਣੀ ਆ ਹਜੇ ਜਦੋਂ ਸਾਰੇ ਜਵਾਕ ਸਾਰੇ ਬਹੁਤ ਅੱਜ ਕੱਲ ਦੀ ਸਭ ਤੁਸੀਂ ਵੀ ਦੱਸੋ ਬਹੁਤ ਇੰਟੈਲੀਜੈਂਟ ਹੈ ਜੀ ਰਾਈਟ ਆਪਦੇ ਆਪਦੇ ਕਿਹੜੀ ਮੀਨਿੰਗ ਏਰੀਆ ਕੋਈ ਆਹ ਬੰਦਾ ਐਕਸਲ ਚ ਕਰਦਾ ਕੋਈ ਸਪੋਰਟਸ ਚ ਕਰਦਾ ਕੋਈ ਪੜ੍ਹਦਾ ਬਹੁਤ ਕੋਈ ਕਾਰਾਂ ਕੂਰਾਂ ਚ ਇਹ ਬਹੁਤ ਬਹੁਤ ਡਿਫਰੈਂਟ ਡਿਫਰੈਂਟ ਆਪਣੇ ਸੁੱਖ ਨਾਲ ਆਪਣੇ ਜਵਾਕ ਆਰ ਇੰਟੈਲੀਜੈਂਟ ਪਰ ਆਪਾਂ ਨੂੰ ਪਲੈਟਫਾਰਮ ਦੇਣਾ ਪੈਣਾ ਤਾਂ ਤੁਸੀਂ ਕੀ ਕਰਨਾ ਮੰਗਦੇ ਹਾਂ ਅਸੀਂ ਵੀ ਆਰ ਵਿਦ ਯੂ ਵੀ ਸਪੋਰਟ ਯੂ ਹੋਲ ਹਾਰਟਡਲੀ ਜਦੋਂ ਮੇਰੀ ਬੇਟੀ ਵੱਡੀ ਹੋਵੇ ਔਰ ਬਹੁਤ ਆਪਣੇ ਕਿਹੜੇ ਭਰਾ ਭੈਣ ਦੇ ਜਵਾਕਾਂ ਵੱਡੇ ਹੋਏ ਵੀ ਨੀਡ ਟੂ ਗਿਵ ਦੈਮ ਅ ਪਲੈਟਫਾਰਮ ਪੋਜ਼ਿਟਿਵ ਪਲੈਟਫਾਰਮ ਦਾ ਅਸੀਂ ਸਪੋਰਟ ਕਰਦੇ ਹਾਂ ਤੁਹਾਨੂੰ ਤੁਹਾਡੇ ਪਿੱਛੇ ਹਾਂ ਤੁਸੀਂ ਕੀ ਕਰਨਾ ਕਰੋ ਮਿਹਨਤ ਕਰੋ ਬਲੱਡ ਸਵੈਟ ਐਂਡ ਟੀਅਰਸ ਐਂਡ ਕਿਹੜਾ ਫਲ ਹੈਗਾ ਉਹ ਤੁਹਾਨੂੰ ਮਿਲੂਗਾ ਉਹ ਇਹ ਜਿਹਾ ਪਲੈਟਫਾਰਮ ਆਪਾਂ ਮੈਂ ਬਣਾਉਣਾ ਮੰਗ ਆਪਾਂ ਚਾਹੁੰਦੇ ਹਾਂ ਇੱਥੇ ਐਪੀਸੋਡ ਹੋਵੇ ਤਾਂ ਕਿਹੜਾ ਬੰਦਾ ਆਵੇ ਵਦਰ ਇਟਸ ਬਜ਼ੁਰਗ ਹੋਵੇ ਭਰਾ ਹੋਵੇ ਭੈਣ ਹੋਵੇ ਜਵਾਕ ਹੋਵੇ ਗ੍ਰੀਟਡ ਵਿਦ ਓਪਨ ਆਰਮਸ ਦੱਸੋ ਕੀ ਕਰਨਾ ਮੰਗਦੇ ਤੁਸੀਂ ਇੱਥੇ ਕੀ ਚਾਹੁੰਦੇ ਮੰਗ ਕਰਦੇ ਹੋ ਇੱਥੇ ਐਪੀਸੋਡ ਜ਼ਰੂਰ ਅਸੀਂ ਤੁਹਾਡੇ ਨਾਲ ਆ ਅੱਛਾ ਦੇਵ ਕਮਿਊਨੀਕੇਸ਼ਨ ਗੈਪ ਹੈ ਇੱਕ ਜਿਹੜੇ ਅਸੀਂ ਆਏ ਹਾਂ ਉੱਥੋਂ ਵੱਡੇ ਹੋ ਕੇ ਅੰਗਰੇਜ਼ੀ ਅਸੀਂ ਵੀ ਬੋਲਦੇ ਹਾਂ ਸਾਡਾ ਵੀ ਢੰਗ ਹੈ ਅਸੀਂ ਥੋੜੀ ਜਿਹੀ ਐਕਸੈਂਟ ਨਾਲ ਬੋਲਦੇ ਹਾਂ ਥੋੜੀ ਫਸਟ ਲੈਂਗੁਏਜ ਅੰਗਰੇਜ਼ੀ ਆ ਤੁਸੀਂ ਸਾਡੇ ਕੋਲ ਪੰਜਾਬੀ ਨਹੀਂ ਬੋਲ ਸਕਦੇ ਅਸੀਂ ਤੁਹਾਡੇ ਕੋਲ ਅੰਗਰੇਜ਼ੀ ਨਹੀਂ ਬੋਲ ਸਕਦੇ ਜਿਹੜੇ ਇੱਥੇ ਦੇ ਜੰਮਪਲ ਜਵਾਕ ਨੇ ਜਦ ਉਹਨਾਂ ਦੇ ਨਾਲ ਤੁਸੀਂ ਬਹਿੰਦੇ ਹੋ ਇੰਟੀਗ੍ਰੇਸ਼ਨ ਹੁੰਦੀ ਹੈ ਕਮਿਊਨੀਕੇਸ਼ਨ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਡਾਇਲੋਗ ਹੁੰਦੀ ਹੈ ਇੱਕ ਤਾਂ ਭਾਸ਼ਾ ਬੋਲਣਾ ਭਾਸ਼ਾ ਬੋਲਣ ਦੀ ਗੱਲ ਇੱਕ ਹੈ ਇੱਕ ਉਹਨਾਂ ਨੂੰ ਸੇਮ ਐਲਟੀਟਿਊਡ ਤੇ ਉਹਨਾਂ ਦੇ ਨਾਲ ਰਹਿ ਕੇ ਸਿੰਕਰੋਨਾਈਜ਼ ਕਰਨਾ ਜਦ ਬੱਚਿਆਂ ਦੇ ਨਾਲ ਤੁਸੀਂ ਬਹਿੰਦੇ ਹੋ ਕਿ ਬੱਚੇ ਬਹੁਤ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੜੀਆਂ ਮਾਪਿਆਂ ਨਾਲ ਨਹੀਂ ਕਰਦੇ ਤੇ ਤੁਸੀਂ ਡਾਇਲੋਗ ਖੁਦ ਤੁਹਾਡੇ ਨਾਲ ਕਰਦੇ ਆ ਹਾਂਜੀ ਜ਼ਰੂਰ ਗੁਰੂ ਸਾਹਿਬ ਜੀ ਕਰਦੇ ਆ ਜੀ ਰਾਈਟ ਕਿ ਇਹੀ ਗੱਲ ਹੁਣ ਤੁਸੀਂ ਕਿਹਾ ਪੰਜਾਬੀ ਦਾ ਹੁਣ ਮੇਰੀ ਪੰਜਾਬੀ ਹੈ ਨੀ ਤੁਹਾਡੀ ਲੜੋ ਮੈਂ
गल भी नहीं कर। कल मैं एक भाई रावी साहब जी तबीयत का फोन आया कहना बर तू ए कई वर्डिंग वास्ता गलता नाले वो भरा मैनू कभी जानता भी नहीं आप बारह जानते नहीं कहना तू ऐदा वास्ते क्या यूज द डिफरेंट वर्डिंग वो थोड़े वास्ते बैटर होगी जो तेरी एग्जाम्पल का मैं दिना कल भी परसों भी जो आप यूथ ना बहने इंग्लिश गल बात करते हैं दिस इज हू आई एम दिस इज वॉट वी वॉन्ट टू डू वो क्वेश्चन पूछते हैं why do you want to run for city council what will you do right adda ghanta da yesterday assi meeting kite kede young businessmen and women hage ya sare questions was really good that why should we vote for you right and main sare ne mure oh vi gall kehi main keha main eh kam karna mangda chona mangda karn nu apni community waste and kedi hagi hai tusi hold me accountable that mere nu vote pauni hai hor bande nu vote pauni hai hold that individual accountable उन्हें वो काम करने अपने कम्यूनिटी वास्ते जरूर करूगा। सो यह गल जो अपनी थोड़े नाम अंकल आंटिया ना बह के भी गल कर सकता जवाकों ना भी गल कर सकता है जी और जी डिसकनैक्ट हैगी हम कनैक्टेड है जी राइट। सो आप वी कैन गैट टूगैदर सारे कट्ठे होके आप सोच सकते हैं कि आप करना इतने कम्यूनिटी वास्ते करना व्हाटएवर जवाक चाहते हैं वह भी आप कर सकते हैं एंड दैट्स अ बिग डील मैं लगता है। ਹੋਰ ਪ੍ਰੋਗਰਾਮ ਕਿਉਂਕਿ ਤੁਸੀਂ ਤੁਹਾਡੀ ਜਦ ਤੁਸੀਂ ਪਹਿਲਾਂ ਖੜੇ ਸੀ ਤੁਹਾਡੀ ਗਰੁੱਪ ਦੇ ਤੁਹਾਡੀ ਪਾਰਟੀ ਦੇ ਕਈ ਕੌਂਸਲਰ ਅੰਦਰ ਬੈਠੇ ਆ ਸੋ ਜਦ ਹੁਣ ਇੱਕ ਸਾਲ ਉਹਨਾਂ ਦੇ ਉਹ ਕੌਂਸਲ ਤੇ ਚਲੇ ਗਏ ਕਿਹੜੇ ਕਿਹੜੇ ਇੱਕ ਸਾਲ ਦੇ ਵਿੱਚ ਕੰਮ ਨਾਲ ਕਰਕੇ ਉਹਨਾਂ ਨੂੰ ਦੱਸਿਆ ਵੀ ਕਮਿਊਨਿਟੀ ਇਸ ਤਰ੍ਹਾਂ ਸੋਚਦੀ ਹੈ ਤੇ ਕੰਟੀਨਿਊ ਡਾਇਲੋਗ ਉਹਨਾਂ ਨਾਲ ਕਿਹੜੀਆਂ ਕਿਹੜੇ ਵਿਸ਼ਿਆਂ ਤੇ ਕਰਦੇ ਰਹੇ ਤੁਸੀਂ ਹੁਣ ਤੱਕ? ਸੋ ਆਪਾਂ ਗਿਓ ਸਾਹਿਬ ਜੀ ਕਿਹੜੀ ਗੱਲ ਕੀਤੀ ਸੀ ਪਿਛਲੀ ਵਾਰੀ ਜਦੋਂ 2018 ਰਨ ਕੀਤਾ ਇੱਕ ਤਾਂ ਆਪਣੇ ਹੈਗੇ ਆ ਪਾਰਕਸ ਐਂਡ ਰੈਕਰੇਸ਼ਨ ਬਹੁਤ ਏਰੀਆਜ ਆਪਣੇ ਐਪੀਸੋਡ ਦੇ ਵਿੱਚ ਉੱਥੇ ਚਿਹਰਾ ਹੈਣੀਆਂ ਵਾਸ਼ਰੂਮ ਹੈਣੀਆਂ ਆਪਣੇ ਬਜ਼ੁਰਗਾਂ ਵਾਸਤੇ ਲਾਈਟਾਂ ਹੈਣੀਆਂ ਇਹ ਗੱਲ ਆਪਾਂ ਮੂਹਰੇ ਲੈ ਕੇ ਆਏ ਸੀ ਦਿਖਾਇਆ ਵੀ ਸੀ ਕੌਂਸਲਰਾਂ ਨੂੰ ਲੈ ਕੇ ਗਿਆ ਆਪਣੇ ਸਵੈਨਸਨ ਪਾਰਕ ਇੱਕ ਐਗਜ਼ਾਮਪਲ ਆ ਹੋਰ ਵੀ ਹੈਗੇ ਆ ਬਹੁਤ ਆਪਣੇ ਪਾਰਕਸ ਵਿੱਚ ਦ ਫੈਸਿਲਿਟੀਜ਼ ਆਰ ਨਾਟ ਅਪ ਟੂ ਡੇਟ and sometimes apne counselor jo community bahut vaddi hai oh pura vi nahi lagda so oh kam start vi ho gaya hun utte chehra lag gaya do tin saal ch washroom vi lag juge eh gal eh mure leke aa aap right and ral mil ke aap kam karna dusra kehda hai gaya ji hun dekho holi holi vi aapan vi dasde han commercial truck parking the issue of my absurd which one vacancy hai ni apne absurd ਬਹੁਤ ਬੰਦੇ ਆਪਣੇ ਭਰਾ ਭੈਣ ਟਰੱਕ ਚਲਾਉਂਦੇ ਆ ਪਰ ਪਾਰਕਿੰਗ ਵਾਸਤੇ ਹੈ ਨਹੀਂ ਸੋ ਉਹ ਵੀ ਆਪਾਂ ਕਿਹੜੇ ਉਹ ਟੀਮ ਦੇ ਨਾਲ ਖੜੇ ਸੀ ਪਿਛਲੇ ਵਾਰੀ ਆਪਾਂ ਇਸ ਵਾਰੀ ਇੰਡੀਪੈਂਡੈਂਟ ਆ ਬਟ ਉਹ ਟੀਮ ਨਾਲ ਆਪਾਂ ਹਜੇ ਵੀ ਗੱਲ ਕਰਦੇ ਹਾਂ ਦਿਖਾਉਂਦੇ ਹਾਂ ਤੇ ਆਹ ਗੱਲ ਹੈਗੀ ਆ ਵਰਕਿੰਗ ਰਿਲੇਸ਼ਨਸ਼ਿਪ ਇਜ਼ ਰੀਅਲੀ ਗੁੱਡ ਉਹ ਵੀ ਐਡਡ ਬੈਨੀਫਿਟ ਹੈਗੀ ਆਪਣੀ ਜੀ ਦੈਟ ਆਪਾਂ ਬੰਦਿਆਂ ਨੂੰ ਦਿਖਾ ਸਕਦੇ ਹਾਂ ਇਹ ਇਸ਼ੂਜ਼ ਹੈਗੇ ਆ ਇਹ ਵੀ ਸੋਲੂਸ਼ਨ ਵੀ ਹੈਗੇ ਆ ਦਰ ਇਜ਼ ਨੋ ਪੁਆਇੰਟ ਮੇਰੀ ਆਪਣੀ ਕਿਹੜੀ ਸੋਚ ਆ ਦਰ ਇਜ਼ ਨੋ ਪੁਆਇੰਟ reinventing the wheel aur wo kehri municipalities hegiyan lengli dekho hun tan truck allow karde aa us do ji allow karde right ek chalo choti ji band-aid solution aa long term waste da chalna nahi apan provincial government naal gal karni paini vi the land use policy aur bhi eh je kam hege hai par eh main main hegi hai je jet kehda banda hun apan city hall to aunda customer service hove oh customer warga partner banda ਇੱਥੇ ਆਪਣੇ ਆਪ ਸੋਚ ਕੰਮ ਕਰਨਾ ਮੰਗਦੇ ਆਪਾਂ ਉਹਦੇ ਵਾਸਤੇ ਕੀ ਕਿਆ ਕਰਦੇ ਹਾਂ ਵੀ ਸ਼ੁਡ ਵਰਕ ਵਿਦ ਦਮ ਰਾਦਰ ਦੈਨ ਅਗੇਂਸਟ ਦਮ ਜੀ ਤੇ ਜਿਹੜੀ ਪੁਲਿਸਿੰਗ ਹੈ ਸਾਡੀ ਅਬਸਪੁਰ ਪੁਲਿਸ ਆਬਵੀਅਸਲੀ ਸਿਟੀ ਪੁਲਿਸ ਆ ਤੇ ਤੁਸੀਂ ਉੱਥੇ ਜਦ ਕੌਂਸਲਰ ਬਣ ਕੇ ਜੇ ਜਿੱਤਦੇ ਹੋ ਤੁਸੀਂ ਤਾਂ ਉੱਥੇ ਤੁਸੀਂ ਤੁਹਾਨੂੰ ਇੱਕੋ ਇੱਕ ਪੰਜਾਬੀ ਕੌਂਸਲਰ ਹੋਵੋਗੇ ਜਿਹੜੇ ਕਮਿਊਨਿਟੀ ਦੀ ਗੱਲਬਾਤ ਪੁਲਿਸ ਨਾਲ ਕਰੂੰਗਾ। ਆਬਵੀਅਸਲੀ ਪੁਲਿਸ ਅਫੀਸਰ ਵੀ ਸਾਡੇ ਪੰਜਾਬੀ ਹੈਗੇ ਅਬਦਸਪੁਰ ਪੁਲਿਸ ਡਿਪਾਰਟਮੈਂਟ ਤੇ APD ਨੇ ਬੜਾ ਕੰਮ ਕੀਤਾ ਗੈਂਗ ਦਾ ਜਿਹੜਾ ਕੰਟਰੋਲ ਕੀਤਾ ਮੁੰਡਿਆਂ ਨੂੰ ਸਮਝਾਇਆ ਤੇ ਹੁਣ ਤੁਸੀਂ ਇੱਕ ਸੇਫੈਸਟ ਕਮਿਊਨਿਟੀ ਵੱਲ ਨੂੰ ਵੱਧ ਰਿਹਾ ਤੁਹਾਡਾ ਸ਼ਹਿਰ ਜਿਹੜਾ ਤੇ ਹੁਣ ਬਹੁਤ ਕੋਈ ਵੀ ਮਾੜੀ ਵਾਰਦਾਤ ਨਹੀਂ ਹੋਈ ਦੋ ਤਿੰਨ ਸਾਲ ਹੋ ਗਏ ਤੇ ਗੁਰੂ ਕਿਰਪਾ ਨਾਲ ਇਸ ਤਰ੍ਹਾਂ ਹੀ ਰਹੇ। ਪੁਲਿਸਿੰਗ ਦੇ ਵਿੱਚ ਕੁਛ ਹੈ ਮਨ ਤੁਹਾਡੇ ਵਿੱਚ ਤੁਸੀਂ ਅਬਜ਼ਰਵ ਕੀਤਾ ਵੀ ਪੁਲਿਸਿੰਗ ਦੇ ਵਿੱਚ ਕੁਛ ਹੋਰ ਚੇਂਜਸ ਦੀ ਜ਼ਰੂਰਤ ਹੈ ਜੇ ਤੁਸੀਂ ਉੱਥੇ ਬਹਿਨੇ ਹੋ? ਸੋ ਮੈਂ ਆਪਣੀ ਜਿਹੜੀ ਸੋਚ ਹੈਗੀ ਹੈ ਜੀ ਇਹ ਵਿੱਚ ਹੁਣ ਆਪਣਾ ਇੱਕ ਪੁਲਿਸ ਆਫਿਸਰ ਆਇਆ ਕਿਹਾ ਜੀ ਤੋਂ ਸਰਜੰਟ ਹਰਪ੍ਰੀਤ ਆ ਉਹਦਾ ਨਾਂ ਜੀ
ਉਹ ਕਮਿਊਨਿਟੀ ਪੁਲਿਸ ਆਫਿਸਰ ਸਰਦਾਰ ਬੰਦਾ ਜੀ ਉਹ ਜਾਂਦਾ ਕਿਹੜੇ ਇਸ਼ੂਜ਼ ਹੁੰਦੇ ਆ ਗੈਂਗ ਦੇ ਇਸ਼ੂਜ਼ ਉਹ ਜਾ ਕੇ ਮਾਂ ਪਿਓ ਨਾਲ ਗੱਲ ਕਰਦਾ ਜਵਾਕਾਂ ਨਾਲ ਗੱਲ ਕਰਦਾ ਕਿਹੜੀ ਆਪਣੀ ਗੱਲ ਸੀ ਗਿੱਲ ਸਾਹਿਬ ਪਹਿਲਾਂ ਕੀਤੀ ਸੀ ਉਹ ਲੈਂਗੁਏਜ ਦੀ ਬੈਰੀਅਰ ਉਹਦੇ ਕੋਲ ਹੈ ਨੀ ਜਦੋਂ ਉਹ ਜਾਂਦਾ ਦੱਸਦਾ ਆਹ ਕੰਮ ਤੁਹਾਡੇ ਜਵਾਕ ਕਰਦੇ ਆ ਲੈਟਸ ਵਰਕ ਟੁਗੈਦਰ ਟੂ ਗੈਟ ਦੈਮ ਆਊਟ ਉਹ ਬੈਰੀਅਰ ਫਿਰ ਟੁੱਟ ਹੀ ਜਾਂਦਾ ਜਦੋਂ ਆਪਣੇ ਬੰਦੇ ਪੰਜਾਬੀ ਨਾਲ ਗੱਲ ਕਰਦੇ ਆ ਸੋ ਇਹ ਜੀ ਟਾਈਪ ਆਫ ਰਿਸੋਰਸਿਸ ਮੈਂ ਜ਼ਰੂਰ ਸਪੋਰਟ ਕਰੂੰਗਾ ਹੋਰ ਵੀ ਆਪਣੇ ਆਪ ਪੁਲਿਸ ਆਫਿਸਰਸ ਆਵੇ ਆਪਣੀ ਕਮਿਊਨਿਟੀ ਵਿੱਚ ਇਹ ਜਿਹਾ ਕੰਮ ਦੇ ਕੈਨ ਹੈਲਪ ਡਿਟਰ ਆਰ ਯੂਥ ਫਰੋਮ ਗੈਟਿੰਗ ਇਨਵੋਲਵਡ ਇਨ ਗੈਂਗਸ ਦੂਸਰਾ ਕਿਹੜਾ ਹੈਗਾ ਜੀ ਆਪਣੇ ਐਬਸਫੋਰਡ ਚ ਬਹੁਤ ਰਿਸੋਰਸਿਸ ਹੈਗੇ ਆ ਇਫ ਯੰਗ ਯੂਥ ਵਾਂਟਸ ਟੂ ਗੈਟ ਆਊਟ ਆਫ ਗੈਂਗ ਲਾਈਫ ਸਪੋਰਟ ਕਰਨ ਵਾਲੇ ਬਹੁਤ ਹੈਗੇ ਆ ਜੀ ਮੈਂ ਪਰਸਨਲੀ ਅਸੀਂ ਇਨਵੋਲਵ ਹਾਂ ਥਰੂ ਦੀ ਇੰਡੋ ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਮੈਂਟਰਸ਼ਿਪ ਆਪਾਂ ਕਰਦੇ ਆ ਕਿਹੜੇ ਬੰਦਾ ਉਹਦੇ ਚ ਕੰਮ ਚ ਹੈਗਾ ਹੀ ਵਾਂਟਸ ਟੂ ਗੈਟ ਆਊਟ ਉਹਨੂੰ ਦਿਖਾਉਂਦੇ ਆ ਬਿਜ਼ਨਸ ਓਪਰਚੁਨਿਟੀਜ਼ ਹੈਗੀਆਂ ਤੂੰ ਇੰਨੀ ਮਿਹਨਤ ਨਾਲ ਹੋਰ ਕੁਛ ਕਰ ਉੱਥੇ ਵੀ ਪੈਸੇ ਤੇਰੇ ਬਣੂਗੇ ਨਾਲੇ ਸਾਰਾ ਐਵਰੀਬਡੀ ਵਿਲ ਬੀ ਹੈਪੀ ਸੋ ਇਹ ਜੇ ਕਿਹੜੇ ਹੈਗੇ ਆ ਓਰਗਨਾਈਜੇਸ਼ਨ ਹੁਣ ਵੁਮਨ ਔਨ ਰਾਈਜ਼ ਇੱਥੇ ਐਬਸੋਲੂਟ ਬਹੁਤ ਕੰਮ ਕਰਦੇ ਆ ਜੀ ਆਪਣੇ ਕਮਿਊਨਿਟੀ ਵਾਸਤੇ ਐਂਡ ਇਹਨੀ ਪਰਸਨਲ ਸੋਚ ਨਾਲੇ ਸਾਰੇ ਭਾਈਚਾਰੇ ਵਾਸਤੇ ਸੋ ਮੈਂ ਜ਼ਰੂਰ ਇਹ ਜੀ ਟਾਈਪਸ ਆਫ ਓਰਗਨਾਈਜੇਸ਼ਨ ਮੈਂ ਸਪੋਰਟ ਕਰੂੰਗਾ ਐਂਡ ਐਡਵੋਕੇਟ ਫੋਰ ਵਟਐਵਰ ਇਸ਼ੂਜ਼ ਦੇ ਹੈਵ ਜੀ ਇੱਕ ਫਾਰਮਰ ਕਮਿਊਨਿਟੀ ਬਹੁਤ ਵੱਡੀ ਕਮਿਊਨਿਟੀ ਹੈ ਫਾਰਮਰ ਕਮਿਊਨਿਟੀ ਦੇ ਬਾਰੇ ਮੈਂ ਅਕਸਰ ਗੱਲ ਕਰਦਾ ਬਲੂਬੇਰੀ ਰਸਬੇਰੀ ਦੇ ਗਰੋਵਰਸ ਨੇ ਜਿਹੜੇ ਈਵਨ ਤੁਹਾਡੇ ਜਿਹੜੇ ਕੈਨਰੀਜ਼ ਨੇ ਜਾਂ ਉਹਨਾਂ ਦੇ ਕੋਲ ਇਸ਼ੂ ਕੋਆਪ ਕੈਨਰੀ ਬਣੀ ਉਹਦੇ ਕੋਲ ਇਸ਼ੂ ਸੀ ਉਹਦੇ ਬਾਰੇ ਵੀ ਖੁੱਲ ਕੇ ਸਦਾ ਮੈਂ ਗੱਲ ਕਰਦਾ ਰਿਹਾ ਤੇ ਕਿਉਂਕਿ ਮੇਰਾ ਦੂਸਰਾ ਘਰ ਹੈ ਬਸਪੋਰਟ ਬਹੁਤ ਮੇਰੇ ਸਾਰੇ ਮਿੱਤਰ ਪਿਆਰੇ ਇੱਥੇ ਸ਼ਹਿਰ ਦੇ ਵਿੱਚ ਨੇ ਫਾਰਮਰਸ ਦੇ ਇਸ਼ੂ ਹੁਣ ਕਿਹੜੀ ਹੈਗੀ ਹੈ ਜੀ ਹੁਣ ਇਹ ਤਾਂ ਚਲੋ ਪ੍ਰੋਵਿੰਸ਼ੀਅਲ ਦੀ ਇਸ਼ੂ ਸੀ ਬਟ ਹੁਣ ਦੋ ਤਿੰਨ ਸਾਲ ਪਹਿਲਾਂ ਬਿੱਲ 52 ਨਿਕਲਿਆ ਜੀ ਐਂਡ ਬਿੱਲ 52 ਦਾ ਤੁਹਾਨੂੰ ਵੀ ਪਤਾ ਗਿਆ ਸਾਹਿਬ ਜੀ ਦਾ ਰੋਲ ਕਰਦਾ 5400 ਸਕੁਆਇਰ ਫੀਟ ਦਾ ਥੱਲੇ ਰਹਿ ਗਿਆ ਹੁਣ ਇਹ ਵੀ ਹੁਣ ਤੁਸੀਂ ਮੈਨੂੰ ਪੁੱਛਦੇ ਆ ਚਲੋ ਲੋਕਲ ਲੈਵਲ ਆਫ ਗਵਰਨਮੈਂਟ ਆਪਦਾ ਕੰਮ ਕਰ ਸਕਦੇ ਆ ਉਸ ਨੂੰ ਪੁੱਛ ਕਰਕੇ ਕਹਿ ਸਕਦੇ ਆ allow this family to build a larger home ALC they will make that decision hun jadon apne bande hun do bhara rehnde a mom dad vi ghare rehnde a 10 bande da utta ho jande right so ghar de size thoda ja vadda chahida 5400 square feet kita hoya chalo kar lo but blueprint kar lende jadon banda utte banaunda thalle banaunda that's okay blueprint ta oda rehna hi hai 5400 square feet so jadon ਮੈਨੂੰ ਇਹ ਜਿਹਾ ਮੌਕਾ ਆਵੇ ਦੈਟ ਇਹ ਗੱਲ ਕਰਨ ਨੂੰ ਮੈਂ ਜ਼ਰੂਰ ਕਰੂੰਗਾ ਦੈਟ ਕਿਉਂ ਨੀ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਅਲਾਓ ਕਰਦੀ 5400 ਸਕੁਆਇਰ ਫੀਟ ਬਲੂਪ੍ਰਿੰਟ ਹੁਣ ਆਪਣੇ ਐਪ ਇੱਕ NDP ਹੈ MLA ਹੈ ਦੋ ਲਿਬਰਲ ਵਾਲੇ ਆ ਸੋ ਆਪਾਂ NDP ਵਾਲੀ MLA ਨਾਲ ਗੱਲ ਕਰਨਾ ਹੈ ਦੈਟ ਇਹ ਤੁਸੀਂ ਦੇਖੋ ਕੌਣ ਕਿੰਨੀ ਮਿਹਨਤ ਨਾਲ ਆਪਣੇ ਬੰਦੇ ਖੇਤੀ ਚ ਇਨਵੋਲਵ ਆ ਮੈਂ ਆਪਦੇ ਦੋ ਮੇਰੇ ਕੋਲ ਫਰੈਂਡ ਆ ਉਹਨੇ 25 acres ਲਏ ਸੀ 264 ਨੇੜੇ ਵਾਸ ਨਾਟ ਪ੍ਰੋਡਿਊਸਿੰਗ ਕੋਈ ਬੇਰੀ ਉੱਥੇ ਹੈ ਨੀ ਸੀ ਉਹ ਦੋ ਭਰਾ ਨਵੀਂ ਨਾਲੇ ਗੋਰਪ੍ਰੀਤ ਨੇ ਕੀ ਕੀਤਾ ਕਹਿੰਦੇ ਅਸੀਂ ਤਾਂ ਪਹਿਲਾਂ ਬੇਰੀ ਲਾਉਣੀ ਆ ਘਰ ਬਾਅਦ ਚ ਦੇਖਦੇ ਹਾਂ ਬੇਰੀ ਲਾਈ ਉਹ ਪ੍ਰੋਡਕਸ਼ਨ ਕਰਦੇ ਆ ਬਹੁਤ ਚੰਗੀ ਬੇਰੀ ਉਧਰੋਂ ਨਿਕਲਦੀ ਹੈ ਪਰ ਹੁਣ ਇਹ ਬਿੱਲ 52 ਆ ਗਈ ਘਰ ਨੀ ਬਣਾ ਸਕਦੇ ਉੱਥੇ ਸੋ ਇਹ ਆਵਾਜ਼ ਆਪਾਂ ਲੈ ਕੇ ਆਉਣਾ ਮੁਰੇ ਕਿਉਂ ਆਪਣੀ ਕੋਈ ਟਾਰਗੇਟ ਵੀ ਹੁੰਦਾ ਹੈ ਦੈਟ ਤੁਸੀਂ ਕਿੰਨੀ ਮਿਹਨਤ ਕਰਦੇ ਆ ਖੇਤੀ ਆਪਾਂ ਸਾਰੇ ਨੂੰ ਪਤਾ ਟਾਈਮ ਬਹੁਤ ਲੱਗਦਾ ਪ੍ਰਾਈਸ ਤਾਂ ਨੀ ਕੋਈ ਆਪਾਂ ਨੂੰ ਪਤਾ ਕਿੰਨੇ ਮਿਲਣੇ ਕਿੰਨੇ ਨਹੀਂ ਪਰ ਆਪਣੇ ਬੰਦੇ ਮਿਹਨਤ ਹਜੇ ਕਰੀ ਜਾਂਦੇ ਆ ਇਹ ਤੇ ਕੰਮ ਚ ਟੋਪ ਟੋਪ ਪ੍ਰੋਡਿਊਸਰ ਵੀ ਹੈ ਜੀ ਸੋ ਇਹ ਆਵਾਜ਼ ਆਪਾਂ ਮੁਹਰੇ ਲੈ ਕੇ ਆਉਂਗੇ ਤਾਂ ਸਪੋਰਟ ਕਿਵੇਂ ਕਰ ਸਕਦੇ ਹਾਂ ਅਸੀਂ ਆਪਣੀ ਲੋਕਲ ਗਵਰਨਮੈਂਟ ਹਾਊ ਕੈਨ ਵੀ ਐਡਵੋਕੇਟ ਫੋਰ ਆਰ ਲੋਕਲ ਫਾਰਮਰਸ ਕਿਉਂਕਿ ਬੜਾ ਬਿੱਲੀ ਤੇ ਚੂਹੇ ਵਾਲੀ ਗੇਮ ਹੈ ਤੇ ਜਿਹੜਾ ਐਗਰੀਕਲਚਰ ਲੈਂਡ ਕਮਿਸ਼ਨ ਹੈ ਉਹ ਕਹਿੰਦਾ ਜੀ ਪਹਿਲਾਂ ਸਿਟੀ ਤੋਂ ਅਪਰੂਵਲ ਕਰਾਓ ਸਿਟੀ ਤੋਂ ਅਪਰੂਵਲ ਹੋ ਕੇ ਫਿਰ ਅਸੀਂ ਅਪਰੂਵ ਕਰ ਦਾਂਗੇ ਵੱਡਾ ਘਰ ਬਣਾਉਣਾ ਸਿਟੀ ਸਿੱਧਾ ਕਈ ਵਾਰ ਪਰਮਿਟ ਲੈਂਦੀ ਨੀ ਐਪਲੀਕੇਸ਼ਨ ਉਹ ਕਹਿੰਦੇ ਪਹਿਲਾਂ ਐਗਰੀਕਲਚਰ ਲੈਂਡ ਰਿਜ਼ਰਵ ਕੋਲ ਜਾਓ ਕਮਿਸ਼ਨ ਕੋਲ ਸੋ ਇਹਦੇ ਤੇ ਕੰਮ ਕੀਤਾ ਜਾ ਸਕਦਾ ਤੇ ਅਖੀਰ ਦੇ ਵਿੱਚ ਕੋਈ ਹੋਰ ਗੱਲਬਾਤ ਜਿਹੜੀ ਅਖੀਰ ਚ ਕਰਨੀ ਚਾਹੋ ਜਿਹੜੀ ਮੈਂ ਆਪਣੇ ਵੱਲੋਂ ਤੁਸੀਂ ਐਡ ਕਰਨੀ ਚਾਹੋ
ਜੋ ਸਭ ਮੇਨ ਆਪਣੀ ਹੈਗੀ ਆ ਪ੍ਰਾਇਓਰਟੀ ਆਪਣੀ ਯੂਥ ਆ ਜੀ ਯੂਥ ਆਪਣੀ ਹੈਗੀ ਆ ਫਿਊਚਰ ਰਾਈਟ ਐਂਡ ਮੈਂ ਤਾਂ ਚਾਹੁੰਦਾ ਨਾਲ ਆਪਾਂ ਰਲ ਮਿਲ ਕੇ ਕੰਮ ਕਰਦੇ ਹਾਂ ਆਪਣੇ ਭਾਈਚਾਰੇ ਵਾਸਤੇ ਆਪਣੀ ਆਵਾਜ਼ ਪਹੁੰਚੇ ਸਿਟੀ ਹਾਲ ਐਪੀਸੋਡ ਦੇ ਵਿੱਚ ਸੋ ਹੱਥ ਜੋੜ ਕੇ ਬੇਨਤੀ ਤੁਸੀਂ ਸਾਰੇ ਮੈਨੂੰ ਇੱਕ ਵਾਰੀ ਮੌਕਾ ਦਿਓ ਮੈਂ ਜਾ ਕੇ ਆਪਣੇ ਭਾਈਚਾਰੇ ਵਾਸਤੇ ਕੰਮ ਕਰੂ ਆਵਾਜ਼ ਬਣੂ ਕਿਹੜੀ ਇਸ਼ੂਆਂ ਹੈਗੀਆਂ ਆਪਣਾ ਪੇਪਰ ਵੀ ਹੈਗਾ ਤੁਸੀਂ ਵੀ ਹੈਗੇ ਗਿਲ ਸਾਹਿਬ ਜੀ ਤੁਸੀਂ ਮੈਨੂੰ ਆਪਾਂ ਰਲ ਮਿਲ ਕੇ ਸਾਰੇ ਕੰਮ ਕਰ ਸਕਦੇ ਹਾਂ ਕਿਹੜੀ ਇਸ਼ੂਆਂ ਆਪਾਂ ਉਹਦੇ ਕੰਮ ਕਰਨਾ ਸੋ ਮੈਨੂੰ ਇੱਕ ਮੌਕਾ ਦਿਓ ਸਾਦਾ ਹੀ ਹੈ ਜੀ ਬਾਅਦ ਚ ਤੁਸੀਂ ਕਿਹੋ ਕਿਹੜਾ ਕੰਮ ਕੀਤਾ ਕਿਹੜਾ ਨਹੀਂ ਆਪਾਂ ਕਿਹੜਾ ਕੰਮ ਕਰਨਾ ਆਪਣੇ ਭਾਈਚਾਰੇ ਵਾਸਤੇ ਉਹ ਆਪਦਾ ਰਿਪੋਰਟ ਕਰੋ ਬਿਲਕੁਲ ਕਿਉਂਕਿ ਅਕਾਊਂਟੇਬਿਲਿਟੀ ਅਸੀਂ ਮੁੜ ਕੇ ਇਹ ਤਾਂ ਹੈ ਨੀ ਵੀ ਇੱਕ ਵਾਰ ਚੋਣ ਲੜਨ ਤੋਂ ਬਾਅਦ ਕਿਤੇ ਜ਼ਿੰਦਗੀ ਦੁਆਰਾ ਚੋਣ ਨਹੀਂ ਹੋਣੀ ਇਹ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਸ਼ੁਭ ਸ਼ਾਮਾਂ ਡੇਵ ਤੇ ਫੇਰ ਕਿਸੇ ਦਿਨ ਵੋਟਾਂ ਤੋਂ ਪਹਿਲਾਂ ਕੋਸ਼ਿਸ਼ ਕਰਾਂਗਾ ਗੱਲ ਕਰਨ ਦੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਦੇਖੋ ਉਹਨਾਂ ਦੀ ਇਹ ਪੇਡ ਸੈਗਮੈਂਟ ਸੀ ਇਸ ਹਿੱਸੇ ਦੀ ਤੇ ਦੇਵ ਸਿੱਧੂ ਨੇ ਕੌਂਸਲਰ ਦੀ ਚੋਣ ਲੜ ਰਹੇ ਨੇ ਐਡਸਪੁਰ ਦੇ ਵਿੱਚ ਤੇ ਇੱਕ ਮੈਂ ਬੇਨਤੀ ਕਰਾਂ ਜਿੰਨੇ ਵੀ ਬੈਲਟ ਪੇਪਰ ਤੇ ਨਾਂ ਨੇ ਤੁਸੀਂ ਇੱਕ ਜਗ੍ਹਾ ਹੀ ਮਾਰਕ ਕਰਨੀ ਆ ਦੋ ਜਗ੍ਹਾ ਜੇ ਮਾਰਕ ਕਰਤੀ ਤਾਂ ਤੁਹਾਡੀ ਵੋਟ ਨਹੀਂ ਜਾਣੀ ਸੋ ਇਹ ਇਸ ਗੱਲ ਦਾ ਜ਼ਰੂਰ ਖਿਆਲ ਰੱਖਣ ਦੀ ਲੋੜ ਹੈ ਕਿ ਕਈ ਵਾਰ ਆਪਾਂ ਚਾਹੁੰਦੇ ਹੁੰਦੇ ਹਾਂ ਵੀ ਨਹੀਂ ਪਹਿਲਾਂ ਵਾਂਗੂ ਅੱਠ ਤੇ ਨੌ ਤੇ ਮਾਰਕ ਕਰਨਾ ਪਤਾ ਨੀ ਕਿੰਨੇ ਕੌਂਸਲਰ ਟੋਟਲ ਚੋਣ ਲੜ ਰਹੇ ਨੇ ਉਹਦੇ ਚ ਮਤਲਬ ਜਿੱਥੇ ਵੀ ਤੁਸੀਂ ਮਾਰਕ ਕਰਨੀ ਤਾਂ ਉਹ ਮਾਰਕ ਇਸ ਤਰ੍ਹਾਂ ਕਰਨੀ ਹੈ ਵੀ ਇੱਕ ਜਗ੍ਹਾ ਹੀ ਮਾਰਕ ਕਰ ਅੱਛਾ ਇੱਕ ਜਿਉਂ ਜਿਉਂ ਭਾਈਚਾਰਾ ਵੱਡਾ ਹੋ ਰਿਹਾ ਤਾਂ ਭਾਈਚਾਰੇ ਦੇ ਵਿੱਚ ਮੀਡੀਏ ਦੀ ਪਹੁੰਚ ਬਹੁਤ ਹੋ ਰਹੀ ਹੈ ਸ਼ੁਰੂ ਦੇ ਜਿਹੜੇ ਮੀਡੀਆ ਆਊਟਲੈਟ ਸੀ ਜਿਹਦੇ ਵਿੱਚ ਜਿਵੇਂ 1550 ਸ਼੍ਰੀ ਪੰਜਾਬ ਸ਼ੁਰੂ ਹੋਇਆ ਇਸ ਤਰ੍ਹਾਂ ਹੀ 1600 AM ਤੇ ਰੇਡੀਓ ਇੰਡੀਆ ਸ਼ੁਰੂ ਹੋਇਆ ਸੀ ਸੋ ਅਮਰਿੰਦਰ ਸਿੰਘ ਗਿੱਲ ਉਹਨਾਂ ਨੇ ਇਹ ਰੇਡੀਓ ਸ਼ੁਰੂ ਕੀਤਾ ਸੀ ਜਿਹਦੇ ਤੇ ਵੱਡੇ ਹੋਸਟ ਜਿਹੜੇ ਨੇ ਬਹੁਤ ਟ੍ਰੇਨਿੰਗ ਲੈ ਕੇ ਗਏ ਤੇ ਵੱਡੇ ਹੋਸਟਾਂ ਦਾ ਨਾਂ ਸਰਦਾਰ ਚੀਮੇ ਦਾ ਸੁਖਵਿੰਦਰ ਸਿੰਘ ਚੀਮੇ ਦਾ ਉਹਨਾਂ ਦੇ ਵਿੱਚ ਆਉਂਦਾ ਹੁਣ 1600 AM ਵਾਲਾ ਜਿਹੜਾ ਰੇਡੀਓ ਇੰਡੀਆ ਹੁਣ 1110 AM ਤੇ ਸ਼ੁਰੂ ਹੋਇਆ 1110 AM ਤੇ ਇੱਕ ਰੇਡੀਓ ਨਵਾਂ ਹੋਰ ਰੇਡੀਓ ਇੰਡੀਆ ਚੱਲਦਾ ਰਿਹਾ ਮਤਲਬ ਆਨਲਾਈਨ ਸਦਾ ਹੀ ਚੱਲਦਾ ਰਿਹਾ ਪਰ 1110 AM ਤੇ ਹੁਣ ਤੁਸੀਂ ਰੇਡੀਓ ਇੰਡੀਆ ਨੂੰ ਸੁਣ ਸਕਦੇ ਮੀਡੀਆ ਦੇ ਵਿੱਚ ਰਹਿਣਾ ਤੇ ਬੇਬਾਕੀ ਦੇ ਨਾਲ ਚੜ੍ਹਦੀ ਕਲਾ ਚ ਰਹਿ ਕੇ ਗੱਲ ਕਰਨੀ ਇਹ ਜ਼ਰੂਰੀ ਅੰਗ ਹੈ ਹੱਕ ਤੇ ਸੱਚ ਦੀ ਆਵਾਜ਼ ਸ਼ੇਰੇ ਪੰਜਾਬ ਨੂੰ ਕਿਹਾ ਜਾਂਦਾ ਅਸੀਂ ਇੱਥੇ ਬਿਨਾਂ ਲੁੱਕ ਲਪੇਟ ਤੋਂ ਬਿਨਾਂ ਰੋਕ ਤੋਂ ਗੱਲਾਂ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਜਦ ਹੁਣ ਤਾਂ ਰਾਹ ਪੈ ਗਏ ਹੁਣ ਤਾਂ ਰਸਤੇ ਕਰਤੇ ਰਾਹ ਫੇਰ ਤੇ ਰੇਡੀਓ ਇੰਡੀਆ ਤੇ ਸ਼ੇਰੇ ਪੰਜਾਬ ਤੇ ਰੇਡੀਓ ਇੰਡੀਆ ਨੇ ਦੋਨਾਂ ਨੇ ਰਲ ਕੇ ਰਾਹ ਸਿੱਧੇ ਕਰਤੇ ਹੁਣ ਤਾਂ ਟਮਟਮਾਂ ਭੱਜੀਆਂ ਜਾਂਦੀਆਂ ਉਹਨਾਂ ਤੇ ਮੀਡੀਆ ਦਾ ਰੋਲ ਜਿਹੜਾ ਉਹ ਬਹੁਤ ਸਾਦਾ ਉਪਯੋਗ ਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਕਿਉਂਕਿ ਭਾਈਚਾਰੇ ਦੇ ਆਲੇ ਦੁਆਲੇ ਸਾਡਾ ਸਾਰਾ ਕੁਛ ਘੁੰਮਦਾ ਉਹ ਦੁਆਰਾ ਰੇਡੀਓ ਇੰਡੀਆ ਏਅਰਵੇਵਸ ਤੇ 1110 AM ਮਨਿੰਦਰ ਸਿੰਘ ਗਿੱਲ ਉਹਨਾਂ ਨੂੰ ਵਧਾਈਆਂ ਨੇ ਇਸ ਗੱਲ ਦੀਆਂ ਕਿ ਉਹ ਦੁਆਰਾ ਫੇਰ ਰੇਡੀਓ ਦੀ ਇਸ ਦੁਨੀਆ ਦੇ ਵਿੱਚ ਵਾਪਸ ਆਏ ਨੇ ਤੇ ਹਾਲਾਂਕਿ ਆਨਲਾਈਨ ਚੱਲਦਾ ਰਿਹਾ ਪਰ ਟਿਊਨ ਇਨ ਕਰਕੇ ਹੁਣ 1110 AM ਤੇ ਰੇਡੀਓ ਇੰਡੀਆ ਚੱਲ ਰਿਹਾ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਵਧਾਈਆਂ ਨੇ ਤੇ 1110 AM ਤੇ ਹੁਣ ਰੇਡੀਓ ਇੰਡੀਆ ਚੱਲਦਾ ਰਾਜੀ ਤੂਰ ਹੋਣੀ ਫਲੀਟਵੁੱਡ ਪੋਰਟਕਲਸ ਤੋਂ NDP ਦੇ ਉਮੀਦਵਾਰ ਨੇ ਰਾਜੀ ਤੂਰ ਨੂੰ ਉਹਨਾਂ ਨੂੰ ਤੁਸੀਂ ਬਹੁਤ ਸਮਾਂ ਵੇਖਿਆ ਉਹਨਾਂ ਨੇ ਓਟਵਾ ਦੇ ਵਿੱਚ ਜਦ ਜਿੰਨੀ ਸਿੰਜੋਣੀ MP ਸੀ ਉਹਨਾਂ ਦਾ ਆਫਿਸ ਇੱਥੇ ਸਾਂਭਿਆ ਤੇ ਓਟਵਾ ਵੀ ਸਾਂਭਿਆ ਤੇ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਕਮਿਊਨਿਟੀ ਲਈ ਬਹੁਤ ਕੰਮ ਕੀਤਾ ਹੁਣ ਉਹ ਉਸ ਤੋਂ ਬਾਅਦ ਹੁਣ ਉਹ ਆਪ NDP ਦੇ ਉਮੀਦਵਾਰ ਨੇ ਫਲੀਟਵੁੱਡ ਪੋਰਟਕਲਸ ਤੋਂ ਰਾਜੀ ਸਵਾਗਤ ਤੁਹਾਡਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਨੂੰ ਥੈਂਕ ਯੂ ਹਰਜੀਤ ਤੁਸੀਂ ਮੈਨੂੰ ਇੱਥੇ ਬੁਲਾਇਆ ਥੈਂਕ ਯੂ
ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਮੈਂ ਤੁਹਾਡੇ ਬਾਰੇ ਦੱਸਦਾ ਰਿਹਾ ਸੀ, ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਦੱਸਿਓ ਆਪਣੀ ਜ਼ਿੰਦਗੀ ਦੇ ਬਾਰੇ, ਪ੍ਰੋਫੈਸ਼ਨ ਦੇ ਵਿੱਚ ਹੁਣ ਤੱਕ ਤੁਸੀਂ ਕੀ ਪੜ੍ਹੇ ਤੇ ਕੀ ਕੀਤਾ ਜੀ? ਹਾਂਜੀ, ਸੋ ਮੈਂ ਐਕਚੁਲੀ ਇੰਗਲੈਂਡ ਦਾ ਬੋਰਨ ਹਾਂ, ਉੱਥੇ ਮੈਂ ਸਾਰਾ ਆਪਣਾ ਐਜੂਕੇਸ਼ਨ ਫਿਨਿਸ਼ ਕੀਤਾ ਸੀਗਾ। ਆਫਟਰ ਮਾਈ ਯੂਨੀਵਰਸਿਟੀ ਮੈਂ ਇੱਥੇ ਮੂਵ ਹੋਈ ਹਾਂ 2006 ਦੇ ਵਿੱਚ, ਐਂਡ ਆਈ ਐਕਚੁਲੀ ਆਮ ਐਨ ਐਜੂਕੇਟਰ, ਆਮ ਅ ਸਕੂਲ ਟੀਚਰ, ਐਨ ਐਲੀਮੈਂਟਰੀ ਸਕੂਲ ਟੀਚਰ। I've lived in Fleetwood Court Hills now for over 10 years, and I've been teaching in the community for 5 years. I've also been involved with the NDP now for over 10 years in various roles. I've worked on campaigns, I've worked on regional campaigns, and I've also worked for an MP, as you had mentioned, Ginny Sims, and I've worked for an MLA also. So that's a little bit of a background. ओके, ते हुण जिहड़ी ये चोण लड़ रहे हो, वो चोण किस तरह अपने मन दे विच आया कि आपां इधर नूं आप एमपी बनना? सो एक्चुअली हरजीत, माइंड दे विच सीगा फॉर अ फ्यू इयर्स नाउ, देयर्स अ फ्यू पीपल इन द पार्टी एंड फ्रेंड्स एंड सर्कल्स इन द कम्युनिटी हु सजेस्टेड दैट व्हाई डोंट यू रन। You've worked with the NDP now for over 10 years. You've worked on so many different campaigns. You have the experience, and we think that you would be good at this role. But also within my community as well, being in the school and being out there in Fleetwood Port Hills, I've had so many different issues and concerns by the residents that I decided to actually stand and make a change, because I know I can make a difference, and I do the work. I'm action, not about just words. ਫਰੀਡਬੁੱਡ ਪੋਰਟਲ ਦੇ ਕਿਹੜੇ ਇਸ਼ੂਜ਼ ਨੇ ਜਿਹੜੇ ਹੁਣ ਤੱਕ ਤੁਹਾਡੀ ਕੈਂਪੇਨ ਚ ਤੁਹਾਨੂੰ ਪਤਾ ਲੱਗੇ ਕਿ ਆਹ ਮੁਸ਼ਕਲਾਂ? ਹਾਂਜੀ, ਜਦੋਂ ਹੁਣ ਆਪਾਂ ਡੋਰ ਨੋਕਿੰਗ ਵੀ ਕਰਦੇ ਆ, ਸਾਰੇ ਲੋਕਾਂ ਨਾਲ ਗੱਲ ਵੀ ਕਰਦੇ ਆ, ਮੇਨ ਇਸ਼ੂ ਆਈ ਜਾਂਦਾ ਅਫੋਰਡੇਬਿਲਿਟੀ ਦਾ। ਹੁਣ ਲਾਈਕ ਅਫੋਰਡੇਬਿਲਿਟੀ ਦੇ ਥੱਲੇ ਹਾਊਸਿੰਗ ਵੀ ਆਉਂਦਾ ਆ, ਫਾਰਮ ਕੇਅਰ ਵੀ ਆਉਂਦਾ ਆ, ਸਟੂਡੈਂਟ ਲੋਨ ਦਾ ਇੰਟਰਸਟ ਵੀ ਆਉਂਦਾ ਆ, ਇਹ ਸਾਰਾ ਚੀਜ਼ਾਂ ਵਾਰ ਵਾਰ ਦੇ ਕੀਪ ਕਮਿੰਗ ਅਪ ਅਗੇਨ ਐਂਡ ਅਗੇਨ। So with the housing, a lot of the younger generation are very, very worried about how are they going to be able to afford a home in the future? What is going to be their dream? How is that going to be a reality? And with the CNDP are introducing 500,000 new homes that they'll be building and rental units, they're also taxing 20% on foreign buyers and bringing back the 30-year mortgage. Another issue that I keep hearing about again and again is medication and how expensive medication is. Now, with medication, we really need to put a focal point on this. With COVID that's just happened, people have lost their loved ones, they've lost their jobs, their security, and now they have to pay for prescription medication. It's not fair for the average person. They're racking up their credit card bills. There's so many different expenses that they have to pay for. So the NDP is really putting a focal point on the universal health care system where medication and dental will be covered. And another issue, sorry. Yes, go ahead. Yeah. Oh, I was also going to talk about students as well, because next generation will encourage Gadea, go study, go and get a good job, make a career, but they're worried about doing this because of the money, the cost, the loans, the interest on those loans. So the NDP are going to eliminate all interest on the loans and double the grant basis for students, because they are our future, and that's the best gift that we can give our kids. ਤੇ ਅਖੀਰ ਦੇ ਵਿੱਚ ਆਪਣਾ ਕੋਈ ਕੰਟੈਕਟ ਨੰਬਰ, ਕੋਈ ਹੋਰ ਮੈਸੇਜ ਦੇਣਾ ਚਾਹੋ ਰਾਜੀ, ਤੁਸੀਂ ਦੇ ਸਕਦੇ ਹੋ ਪਲੀਜ਼? Okay, thank you, Harjeet. So I do want to give a message to everybody today that when, you know, voting is happening on Monday, September the 20th, please, like, take a look, take a read, look at the NDP platform and make your decision wisely. If you have any other questions that you would like to ask me or any other concerns, you can contact me at raji.tor@ndp.ca. ਧੰਨਵਾਦ ਰਾਜੀ, ਸ਼ੁਭ ਸ਼ਾਮਾ, ਥੈਂਕ ਯੂ। ਥੈਂਕ ਯੂ ਸੋ ਮਚ ਹਰਜੀਤ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
ਸਸਿਕਾਲ ਜੀ ਰਾਜੀ ਤੂਰ ਫਰੀਦਕੋਟ ਕੈਲਸ ਤੋਂ ਐਨਡੀਪੀ ਦੇ ਉਮੀਦਵਾਰ ਨੇ ਉਹ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਦੇ ਇਸ਼ੂਜ਼ ਤੁਸੀਂ ਉਹਨਾਂ ਨੇ ਕੀ ਆਪਣੇ ਤੌਰ ਤੇ ਉਹ ਸੋਚਦੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਵਪਾਰਕ ਸੰਦੇਸ਼ ਬਾਅਦ ਸੁਣ 1:22 ਹੋਇਆ ਜੀ ਤੇ ਅੱਜ ਬ੍ਰਹਿਮੰਡ ਦੇ ਗਿਆਨ ਦੀ ਗੱਲ ਆਪਾਂ ਤੁਹਾਡੇ ਨਾਲ ਕਰਨੀ ਚਾਹੁੰਦਾ ਮੈਂ ਬਈ ਇਹ ਸਾਡਾ ਜਿਹੜਾ ਬ੍ਰਹਿਮੰਡ ਹੈ ਇਹਦੇ ਚ ਸਪੇਸ ਐਕਸ ਨੇ ਨਵੀਂ ਹਿਸਟਰੀ ਐਲਾਨ ਮਸਕ ਨੇ ਕਰ ਦਿੱਤੀ 3 ਦਿਨ ਸਾਡੀ ਧਰਤੀ ਦਾ ਉੱਪਰੋਂ ਗੇੜਾ ਕੱਢ ਕੇ ਅਖੀਰ ਸਪਲੈਸ਼ ਡਾਊਨ ਹੋਣਾ ਡਰੈਗਨ ਜਿਹੜਾ ਕ੍ਰਿਊ ਹੈ ਸੋ ਉੱਥੇ ਡਰੈਗਨ ਕੈਪਸੂਲ ਦੇ ਵਿੱਚ 4 ਜਣੇ ਨੇ ਜਿਹੜੇ ਸਿਵਲੀਅਨ ਨੇ ਐਸਟ੍ਰੋਨੌਟ ਨਹੀਂ ਹੈ ਟ੍ਰੇਨਿੰਗ ਨਹੀਂ ਹੈ ਟੋਟਲੀ ਆਟੋਨਮਸ ਤੇ ਧਰਤੀ ਤੋਂ ਉਹਨਾਂ ਨੂੰ ਭੇਜਤਾ ਫਾਲਕਨ 9 ਦੇ ਰਾਹੀਂ ਤੇ 100 ਕਿਲੋਮੀਟਰ ਉੱਪਰ ਉਹ 100 ਮੀਲ ਉੱਪਰ ਤੇ ਉਹ ਧਰਤੀ ਦੇ ਪੰਧ ਤੇ ਹੈ ਆਪਣੇ ਘੁੰਮ ਰਿਹਾ ਉਹ 3 ਦਿਨ ਉਹਨੇ ਘੁੰਮਣਾ ਹੁਣ ਇਹਨੂੰ ਜਦ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਸੋਚਦੇ ਹੋ ਕਿ ਸਵੇਰੇ ਵੀ ਮੈਂ ਗੱਲ ਕਰਦਾ ਜੀ ਬੰਦਾ ਇੱਕ ਮਿੱਟੀ ਦੀ ਵੀ ਨਿਆਈ ਨੀ ਘਾਹ ਫੂਸ ਦੀ ਨਿਆਈ ਆ ਪਰ ਉਸਦੀ ਮੈਂ ਜਿਹੜੀ ਆ ਉਹ ਟਿਕਦੀ ਨੀ ਅੰਮੇ ਦੇ ਵਿੱਚ ਅਸੀਂ ਸਾਰੇ ਤੁਰੇ ਫਿਰਦੇ ਹਾਂ ਮੇਰੀ ਹੋ ਜਾਵੇ ਜੇ ਤੁਸੀਂ ਆਪਣੀ ਗਲੈਕਸੀ ਮਿਲਕੀ ਵੇ ਦੇ ਵਿੱਚ ਵੇਖਦੇ ਹੋ ਤਾਂ ਬਿਲੀਅਨਸ ਆਪਣੇ ਵਰਗੇ ਆਪਣੇ ਸੂਰਜ ਵਰਗੇ ਤੇ ਆਪਣੀ ਧਰਤੀ ਵਰਗੇ ਤਾਰੇ ਦੇ ਜਿਹੜੇ ਹਰ ਰੋਜ਼ ਖਤਮ ਹੁੰਦੇ ਆ ਹਰ ਰੋਜ਼ ਮਿਲਦੇ ਆ ਇਹ ਸਾਡੀ ਗਲੈਕਸੀ ਤੋਂ ਬਹੁਤ ਦੂਰ ਜਿਹਨੂੰ ਹੁਣ ਮੈਂ ਅਸਲ ਸੌਰ ਮੰਡਲ ਦੇ ਜਨਮ ਤੋਂ ਆਪਣੇ ਸੌਰ ਮੰਡਲ ਦੇ ਜਨਮ ਤੋਂ ਪਹਿਲਾਂ ਵੀ ਬਹੁਤ ਕੁਛ ਸੀ ਵਿਗਿਆਨੀ ਜਿਹੜੇ ਨੇ ਉਹ ਪੁਰਾਣੀ ਸਮੱਗਰੀ ਧਰਤੀ ਤੇ ਜਦ ਉਹਨਾਂ ਨੇ ਖੋਜ ਕੀਤੀ ਤਾਂ 1960 ਦੇ ਦਹਾਕੇ ਚ ਧਰਤੀ ਉੱਤੇ ਡਿੱਗੇ ਕੁਛ ਧੂੜ ਦੇ ਦਾਣੇ ਉਹਨਾਂ ਨੂੰ ਮਿਲੇ ਜਿਹਨਾਂ ਨੂੰ ਉਹ 7.5 ਅਰਬ ਸਾਲ ਪੁਰਾਣਾ ਕਹਿੰਦੇ ਨੇ 7.5 ਅਰਬ 7.5 ਬਿਲੀਅਨ ਤੇ ਸਭ ਤੋਂ ਪੁਰਾਣੇ ਦੇ ਜਿਹੜੇ ਧੂੜ ਦੇ ਦਾਣੇ ਸੀ ਉਹਨਾਂ ਨੂੰ ਜਦ ਇਸ ਟੀਮ ਨੇ ਸਾਰਾ ਕੁਛ ਚੈੱਕ ਕੀਤਾ ਨੈਸ਼ਨਲ ਅਕੈਡਮੀ ਆਫ ਸਾਇੰਸ ਦੇ ਰਸਾਲਿਆਂ ਦੇ ਵਿੱਚ ਇਹਦਾ ਵਰਣਨ ਹੋਇਆ ਤਾਂ ਇਹ ਤਾਰੇ ਜਦ ਮਰਦੇ ਨੇ ਉਹਦੇ ਕੁਛ ਕਣ ਚਲੇ ਜਾਂਦੇ ਨੇ ਬ੍ਰਹਿਮੰਡ ਦੇ ਵਿੱਚ ਸੂਰਜ ਤੋਂ ਪੂਰਵ ਸੂਰਜੀ ਅਨਾਜ ਜਿਹੜੇ ਨੇ ਉਹਨਾਂ ਦੀ ਧੂੜ ਵੀ ਕਿਤਨਾ ਕਿਤੇ ਧਰਤੀ ਤੇ ਪਾਈ ਗਈ ਸ਼ਿਕਾਗੋ ਫੀਲਡ ਦੇ ਇੱਕ ਮੁੱਖ ਲੇਖਕ ਨੇ ਫਿਲਿਪ ਹੇਕ ਸ਼ਿਕਾਗੋ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਵੀ ਨੇ ਉਹ ਕਹਿੰਦੇ ਵੀ ਇਹ ਜਿਹੜੇ ਅਸਲ ਨਮੂਨੇ ਨੇ ਅਸਲ ਸਟਾਰ ਡਸਟ ਹੈ 40 ਸੂਰਜ ਤੋਂ ਪਹਿਲਾਂ ਦੇ ਅਨਾਜਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਹੜੇ 1969 ਦੇ ਵਿੱਚ ਇੱਕ ਮੀਟਰੋਇਡ ਜਿਹੜਾ ਪੂੰਛਲ ਤਾਰਾ ਡਿੱਗਿਆ ਆਸਟ੍ਰੇਲੀਆ ਚ ਉਹਦੇ ਚ ਇਹ ਟੁਕੜਿਆਂ ਨੂੰ ਅਲੱਗ ਕਰਕੇ ਪੇਸਟ ਦੇ ਵਿੱਚੋਂ ਜਿਵੇਂ ਵੁੱਸੀ ਹੋਈ ਮੂੰਗਫਲੀ ਤੇ ਮੱਖਣ ਦੀ ਉਹ ਜਿਹੀ ਬਦਬੂ ਆਈ ਤੇ ਹੁਣ ਇਹ ਮਤਲਬ ਜਿੰਨਾ ਕੁ ਇਹਨਾਂ ਦੇ ਮਨ ਦੇ ਵਿੱਚ ਹੈ ਹੁਣ ਉਹਨਾਂ ਨੇ ਫਿਰ ਹਿਸਾਬ ਲਾਇਆ ਬਈ ਇਸ ਤੋਂ ਹੀ ਤਰੀਖ ਜਿਹੜੀ ਬ੍ਰਹਿਮੰਡ ਦੀ ਸੌਰ ਮੰਡਲ ਦੀ ਉਹ ਕੋਈ 7.5 ਅਰਬ ਸਾਲ ਕਹਿੰਦਾ ਮਤਲਬ ਅਲੱਗ ਅਲੱਗ ਸਾਇੰਟਿਸਟ ਇਹਦੇ ਤੇ ਕੰਮ ਕਰ ਰਹੇ ਬਾਕੀ ਘਾਟੀਆਂ ਜਿਹੜੀਆਂ ਸਿੰਧੂ ਘਾਟੀ 4500 ਸਾਲ ਪੁਰਾਣੀ ਆ ਤੇ ਇਸ ਬ੍ਰਹਿਮੰਡ ਦੇ ਵਿੱਚ ਫਿਰ ਇਸ ਨੂੰ ਲੱਭਣ ਦੇ ਲਈ ਜਿਹੜੀ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਿਛਲੇ ਦਿਨੀ ਜਦ ਆਪਾਂ ਗੱਲ ਕਰ ਰਹੇ ਸੀ ਹਬਲ ਦਾ ਨਾਂ ਆਇਆ ਹਬਲ ਇੱਕ ਟੈਲੀਸਕੋਪ ਹੈ ਜਿਹੜੀ ਉੱਪਰ ਉੱਡ ਰਹੀ ਹੈ ਉਸ ਤੋਂ ਬਾਅਦ ਜੇਮਸ ਵੈਬ ਨੇ ਦਸੰਬਰ ਦੇ ਵਿੱਚ ਉਹਨੂੰ ਛੱਡਣਾ
बहुत वड्डी जिहड़ी एक अलग किस्म दी ओह टेलीस्कोप है जिहड़ी उपरे उड़दी है। अगला ग्रह आपां मंगल दी अज गल करनी सी, पर मैं पहला हबल दी गल कर लवां। धरती तो 570 किलोमीटर दूर यह बहुत महंगी हबल टेलीस्कोप है। 11 टन इहदा वजन है, लंबाई इहदी 13 मीटर है, व्यास इहदा 4.5 मीटर है। खगोल दी यह दूरबीन है। 24 अप्रैल 1990 नूं इहनूं स्थापित किया गया। 560 यह सिर्फ उदों तों लैके आकाश गंगावां जिन्नियां ने, क्योंकि एक आकाश गंगा नहीं ना, अपने अर्गियां मिलियंस गलैक्सी कह रहे हैं, अपनी आकाश गंगा अर्गियां जिच बिलियन तारे ने, तारे वह घूम रहे ने सेंटर के द्वारे। हर आकाश गंगा दे विच एक ब्लैक होल है, एक ब्रह्मांड का एक अलग ब्लैक होल है जिहड़ा सारियां गलैक्सियां नूं खा रहा है, एक सूरज नित खा रहा हो। उदी बहुत ग्रेविटी है, उदे ते फिल्मां फुल्मां भी बन रही ने, बहुत कुछ हो रहा है। ते ये पेशनगोई की जा रही है भी समा तो कोई दस नहीं सकता भी जिहड़ा यह आकाश गंगा ने गंगावां ने इन्हां नूं ब्लैक होल एक बार खा लेगा। जिवें तुहानू पिछली बार भी दस्सिया सी भी पानी दीआं झालां घुम के पानी डिगदा थल्ले नूं, उस तरह ही वह जांदा। अच्छा, 7 लाख तो वध तस्वीरां इसने हबल ने भेजियां ने। यह यूरोपीयन स्पेस एजेंसी ते नासा ने तैयार किया गया। यह खगोल विज्ञान दे पितामा ही कहिंदे सी एडविन हबल जिसका नाम सी 1920 च उन्हें कहा वी साडी आ जिहड़ा आह आसमान नहीं है, असी उपर नूं झाकदे आ, नेड़े जे बदल देखदे बस कहिंदे उपर रब है। यह तो साडी सिर्फ साडी आकाश गंगा है, मिल्की वे जिहदे च असी आ, साडे वांगू बिलियनस ने कहिंदे, क्योंकि पता तो है नहीं, नेड़े दी दा ही हले तां पता लग्या जिहड़ियां हबल भेज रही है। बिलियनस होर आकाश गंगा ने इस ब्रह्मंड, क्योंकि सानू तो साढ़े सोलर सिस्टम तो पार का नहीं हले तो पता लग्या, सोलर सिस्टम के अपने प्लैनेट्स का नहीं पता लग्या, गए तो हो मराइनर वगैरह जोड़े उपग्रह छे हुए तुरे फिर दे, अपनी गलैक्सी तो बाहर हले कोई निकला या नहीं निकला मैं कन्फर्म नहीं, हले तो अपनी गलैक्सी के सिर्फ सानू तो जिथे असं बसते हाँ यह नहीं पता कि साड़ी इस मिल्की वे दे विच साडे इस सौर मंडल वांगू पता ही नहीं किन्ने सौर मंडल होणगे जिथे जीवन हो सकता, जिवें साडा उहनां नूं नहीं पता होना। एलियनस दीआं गल्लां चल रही ने, उडन तश्तरी दीआं गल्लां चल रही ने, साडी गलैक्सी तो ही उत्तर दीआं ने, कितें जे उत्तर दीआं ने होर किसी गलैक्सी तो नहीं आउंदीआं, मिल्की वे चों ही आउंदीआं ने, क्योंकि असीं इस मिल्की वे नूं ब्रह्मंड मन्नी बैठा, इह ब्रह्मंड नहीं है, असीं इक गलैक्सी दे वसनीक आ, तारा मंडल दे इक दे जिहदा नां आकाश गंगा है, जिहड़ी आकाश गंगा साडी असी तारा मंडल दे दा एक साडा सूरज है, सूरज दे आले दुआले साडे ग्रह घूमदे ने, धरती होंद च आ गई ते असी उहदे ते जीवन विकसित हो गया। पहला जब बिग बैंग होया जुड़ गए धूड़ दे जिहड़े कण ने इकट्ठे हो गए, हौली हौली सिविलाइजेशन हो गई ते बंदे जम पे, बंदर बंदर तो बाद जिहड़ी एक मैं कहूं उन्नी इहनूं परमा परमा जे रखदा जिन्ना जे बारा चले जाना बंदे नूं कहिंदे ने हिल गया है। मैं तां आपां होर किसी गलैक्सी की गल करनी है, साढ़े अरबां तारियां दे विचों साडा सौर मंडल है जिहड़ा असीं तां उहदे ही हले चंद्रमा ते धरती अपने ते गई है, बस इत्थे तक ही तुरे फिरदे आ। हुण मंगल की तैयारी है, मंगल ते जाके मरना इलॉन मस्क कहिंदा। तुसीं इह देखो भी एक धुरा गब्बे जे कहो बई एक डंडा कड्डिया होया उहदे आले दुआले असीं तुरे फिरदे आ, इहनूं गिणदे किवें आ गलैक्सी नूं एक कॉर्नर तों दूजे कॉर्नर तक लाइट ईयर नाल। लाइट ईयर की प्रकाश दा बीम, कोई भी प्रकाश दीआं किरणां जिन्नियां तेज गुजरदियां ने उह 365 दिनां दे विच धरती दे इक साल च जिन्नी दूर चले जाण उहनूं इक प्रकाश साल कहिंदे ने। वो
प्रकाश साल मीलों के विच 9-6 खरब मील है, 6 ट्रिलियन माइल्स। तो मिलियन ईयर्स ने, मिलियन लाइट ईयर्स जिहड़ी साडी गलैक्सी है, एक खूंजे तो दूजे खूंजे तक असीं तां अपने आसमान नूं वेख के यही कही जाने भी बस बस आही रब है उपर देख के जहाज एह जे आसमान दूजिया गलैक्सियां च भी दिखते होंगे जिहड़े अर्धा ने। यह तंदूकारे की कहानी है। हबल तेनू आजमा नेड़े नेड़े रह लिए दूर ना जाइए, आप अपने सोलर सिस्टम दी गल्लां कर लिए। एक तो इन्हां किताबां अपने परिवार के बारे तो जानना ही पैना, चाचे ताए बाबिया बारे। एक तो गल ऐ कर लिए भी अपनी जिहड़ी आकाश गंगा जिहड़ा तारा मंडल आ साडा समूह है, ते वो आकाश गंगा दे विच अर्धा तारे ने, अर्धा तारिया दे विच एक सूरज तारा। उस सूरज दे आले दुआले जिहड़े साडे ग्रह घूमदे आ, ते जिहदे विच आपां तीजे नंबर ते उन्हें मरकरी आ, वीनस आ, ते आपां अपने तो अगे मंगल आ, मंगल तो अगे जुपीटर आ, जुपीटर तो अगे शनि आ, शनि तो यूरेनस ते नैपचून आ। सो टोटल 8 ग्रह ने हले, प्लूटो नूं डिवॉर्स कर लिया कहिंदे बोड़ा हले, जां 8 दी ओह गल है। इन्हां ग्रहां दे उपग्रह भी ने, कुछ दे चंद्रमा भी ने, जिवें अपना चंद्रमा है, धरती दे विच्चों ही एक वार टुट के हिस्सा हो गया। ये 8 दे बारे हले आपां नूं नहीं पता, अपनी धरती दे बारे पता है मतलब। ते हुण मंगल दी तैयारी है, बरासता चंद, मोगा बरासता जगराऊं। सो इस तारा मंडल दे विच ये सारे ग्रह जिहड़े ने घूम रहे ने एक बन्नी हुई स्पीड ते, बन्ने हुए डिस्टेंस ते, सेंटर तो बिल्कुल धुरे दे विचों, अध चों अध दे आले दुआले वह घूमी जांदे ने, जिवें पानी दीआं झालां कट्ठियां हो के थले नूं जांदियां हुंदियां ने, जिवें आपां दब्बे हुए पाइपां च पानी मोगे चों जांदा, ऐं घूमदा उह गगला हिस्सा पानी दा थले नूं जाई जांदा हुंदा। इस तरह ही वह ब्लैक होल है, इस तरह हर आकाश गंगा च इक ब्लैक होल है जिहड़ा समाउंदा, उहदे विच उह खत्म हो रहे ने, तारे बन भी रहे ने। जदों घूम रहा है, घूम रहा तो असीं भी घूम रहे हैं। सूरज साडा गलैक्सी का गेड़ा कढ़दा अपने अतुरे आले पासे घूमदा, असीं सूरज दे दुआले भी घूमदे आ ते असीं गलैक्सी च भी घूम रहे हैं नाले नाल। वाहेगुरू एक बार मैं पर अपने वालों कोशिश करनी है, जिवें आ राजनीतिक झग्गा खिंचदा मैं पिछले 5-6 सालों तो, ये बारे भी मैं वध तो वध कोशिश करके तुहानूं मैं मैनूं इह ठीहे ते कितें आपां आउणा वी हां 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 समझ गए। हबल की गल करिए, हबल दूरबीन जिहड़ा इह ते 161 करोड़ डालर लगे जी, ते लागत आई पूरे मिशन से जेड़ा 19,000 करोड़ भारतीय रुपया के बराबर है। जानी ए कई बार पहला मजाक की भी गल बनी कि यह तो बस खत्म है खत्म है। फिर 1993 च नासा ने टीम भेजती दूरबीन की सर्विस करने, नाले उड्डे फिरे जिहड़े स्पेस क्राफ्ट जिहड़े स्पेस शटल जांदे सी वो फिर भेजते एक द्रुता शक्ति तो उपर हो गए, कहते चल हबल से करके आईए रिपेयर है। मुख पुरजिया तो अलावा कोई एक समस्या जी बड़ी आई सी, मुख लैंस जरा ठीक नहीं सी, उन्होंने फिर ठीक करके आए, दूरबीन का फोकस ठीक हो गया, साफ चित्र आने लग गए। यह मिशन 11 दिन चलिया जी, वक् वक् विज्ञानियों ने 35 घंटे 28 मिनट स्पेस शटल तो बाहर सर्विस की, जिन्हें स्पेस वाक कहते हैं। इंटरनेशनल स्पेस स्टेशन भी ठीक कर ले, जो उपर गए ने वो साउंड नहीं गए, उन्होंने टास्क है पूरा दिन ते रात के हिसाब न हर वक्त लगे हुए हैं, कोई धरती वल झाकदा कोई बाहर, कोई कल पुरजा खराब हो गया बाहर निकलते हैं। फिर ग्रैविटी उहदे च बनाई हुई फिल्म है, ग्रैविटी दे विच जिहड़े एक एस्ट्रोनॉट उसकी रिपेयर कर निकलता तो बस उहदे विचों उहदा हथ फिसल जांदा ते उह आसमान दे विच खला दे विच पटक जांदा। हबल दी
ਜਿਹੜੀ ਸਰਵਿਸ ਕੀਤੀ ਉਹਤੇ 50 ਕਰੋੜ ਡਾਲਰ ਲੱਗਿਆ, 500 ਮਿਲੀਅਨ ਡਾਲਰ। 5 ਹੁਣ ਤੱਕ ਸਰਵਿਸ ਮਿਸ਼ਨ ਭੇਜੇ ਨੇ 1993 ਤੋਂ ਲੈ ਕੇ ਅਖੀਰ ਮਈ 2009 ਤੇ, 2009 ਤੋਂ ਬਾਅਦ ਹੁਣ ਇਹਨੂੰ ਕਿਹਾ ਵੀ ਹੁਣ ਦੀ ਕਹਾਣੀ ਇਹਦੀ ਸਰਵਿਸ ਨਾ ਕੀਤੀ ਜਾਵੇ। 2040 ਤੱਕ ਇਹ ਕਿਲੋਮੀਟਰ 2040 ਤੱਕ ਕੰਮ ਕਰੂ ਤੇ ਹੁਣ ਵੈਬ ਜੇਮਸ ਵੈਬ ਸਪੇਸ ਟੈਲੀਸਕੋਪ ਆ ਜਿਹੜੀ ਉਹ ਜਾ ਰਹੀ ਆ ਦਸੰਬਰ ਚ, ਬਸ ਉਹਦਾ ਉਹ ਇੱਕ ਨੈਕਸਟ ਈਰਾ ਜਿਹੜਾ ਸਪੇਸ ਇਨਫੋਰਮੇਸ਼ਨ ਦੇ ਵਿੱਚ ਸਪੇਸ ਟੈਕਨੋਲੋਜੀ ਦੇ ਵਿੱਚ ਉਹ ਜਿਹੜੀ ਹੋਣੀ ਆ ਉਹਦਾ ਮਤਲਬ ਕੋਈ ਅੰਤ ਹੋਣਾ ਨੀ, ਜਿਹੜੀ ਉਹ ਜਾਣੀ ਆ ਅਗਲੀ ਦੂਰਬੀਨ ਤੇ ਇਹ ਜਿਹੜੀ ਹੱਬਲ ਹੈ ਇਹ 95 ਮਿੰਟ 47 ਸਕਿੰਟ ਧਰਤੀ ਦਾ ਚੱਕਰ ਲਾਉਂਦੀ ਹੈ ਤੇ ਹਰ ਰੋਜ 10 ਤੋਂ 15 GB ਡਾਟਾ ਉਹ ਧਰਤੀ ਤੇ ਭੇਜਦੀ ਹੈ। ਇਹ ਆ ਹੱਬਲ, ਸਾਹ ਲੈ ਲਵਾਂ ਮਾੜਾ ਜਿਹਾ, ਆਉਣਾ ਮੁੜ ਕੇ ਫਿਰ। ਅਬਸਫੋਰਡ ਦੇ ਵਿੱਚ ਜਿਹੜੇ ਚੋਣਾਂ ਨੇ 18 ਨੂੰ ਐਡਵਾਂਸ ਵੋਟਿੰਗ ਹੈ, ਇਸ ਮੇਰਾ ਖਿਆਲ ਸੈਟਰਡੇ ਆਉਂਦਾ, ਅੱਜ 16 ਹਾਂ ਸੈਟਰਡੇ, ਤੇ 25 ਨੂੰ ਜਿਹੜੀਆਂ ਮੇਨ ਵੋਟਿੰਗ ਡੇ ਹੈ। ਦੇਵ ਦੱਸਣਾ ਭੁੱਲ ਗਿਆ ਨੇ ਮੈਸੇਜ ਕੀਤਾ ਹੁਣੇ। ਅੱਛਾ ਤੁਸੀਂ ਪਲੀਜ਼ ਨਾਲ ਨਾਲ ਜਿਹੜਾ ਕੋਈ ਗੱਲਬਾਤ ਕਰਨੀ ਚਾਹੁੰਦਾ, ਬਹੁਤ ਸਿਆਣੇ ਨੇ ਜਿਹਨਾਂ ਦੀ ਪਕੜ ਹੈ ਇਸ ਵਿਸ਼ੇ ਤੇ, ਪਲੀਜ਼ ਫੋਨ ਕਰ ਲਿਓ ਨਾਲ ਹੀ ਗੱਲਬਾਤ ਆਪਾਂ ਕਰ ਲਈਏ। ਵਿਸ਼ਾ ਬਹੁਤ ਵੱਡਾ ਇਹ, ਪਰ ਕੋਸ਼ਿਸ਼ ਆਪਾਂ ਕਰਾਂਗੇ ਕਿ ਇਹਦੇ ਤੇ ਗੱਲ ਕਰੀਏ। ਅੱਛਾ ਧਰਤੀ ਤੋਂ ਸਾਡੇ ਸੌਰ ਮੰਡਲ ਦਾ ਅਗਲਾ ਗ੍ਰਹਿ ਹੈ ਮੰਗਲ, ਚੌਥਾ ਤੇ 7ਵਾਂ ਵੱਡਾ ਗ੍ਰਹਿ ਆ। ਸੂਰਜ ਤੋਂ ਇਹਦੀ ਔਸ ਦੂਰੀ ਆ ਜਿਹੜੀ ਉਹ 2.25 ਕਰੋੜ ਕਿਲੋਮੀਟਰ ਹੈ ਤੇ ਬਾਈ ਪੁਆਇੰਟ 79 ਮਿਲੀਅਨ, ਜੇ ਮੈਂ ਪ੍ਰੋਪਰ ਕਹਾਂ 2.25 ਕਰੋੜ ਹੋ। ਵਿਆਸ ਇਸ ਗ੍ਰਹਿ ਦਾ ਜਿਹੜਾ ਵੱਡਾ ਇਹ 600 ਕਿਲੋਮੀਟਰ ਹੈ ਤੇ ਪੱਛਮ ਤੋਂ ਪੂਰਬ ਵੱਲ ਨੂੰ ਆਪਣੇ ਧੁਰੇ ਤੇ ਘੁੰਮਦਾ ਹੈ। ਯੂਨਾਨੀ ਲੋਕਾਂ ਨੇ ਬਹੁਤ ਜ਼ਿਆਦਾ ਇਸ ਤੇ ਸ਼ੁਰੂਆਤ ਜਿਹੜੀ ਤਾਰਾ ਮੰਡਲ ਬਾਰੇ ਤੇ ਉਹਨਾਂ ਦੇ ਧਰਮ ਨੇ ਜਿਹੜੇ ਪੁੰਨ ਪਾਪ ਦੀਆਂ ਗੱਲਾਂ ਨੇ, ਦੇਵੀ ਦੇਵਤਿਆਂ ਦੀਆਂ ਗੱਲਾਂ ਨੇ, ਆਪਣੇ ਨਾਲ ਭਾਰਤ ਨਾਲ ਬਹੁਤ ਮਿਲਦੀਆਂ ਨੇ ਯੂਨਾਨ ਦੀਆਂ। ਇਸ ਨੂੰ ਮੰਗਲ ਐਰਸ ਵੀ ਉਹ ਕਹਿੰਦੇ ਆ, ਯੁੱਧ ਦਾ ਦੇਵਤਾ ਮੰਨਦੇ ਆ, ਲਾਲ ਰੰਗ ਇਹਦੇ ਕਰਕੇ ਕਹਿੰਦੇ ਦੇ। ਮੰਗਲ ਦੀ ਮਿੱਟੀ ਚ ਲੋਹੇ ਦੇ ਖਣਿਜ ਨੇ ਬਹੁਤ, ਜਿਹਦੇ ਕਰਕੇ ਜੰਗਾਲ ਹੈ ਤੇ ਲਾਲ ਦਿਖਦਾ। ਸੂਰਜ ਦੇ ਦੁਆਲੇ ਜਦ ਮੰਗਲ ਘੁੰਮਦਾ ਤਾਂ ਇਹਦਾ ਚੱਕਰ ਅੰਡਾਕਾਰ ਹੈ। ਸੂਰਜ ਤੋਂ ਸਭ ਤੋਂ ਦੂਰ ਦੇ ਬਿੰਦੂ ਤੇ ਮੰਗਲ ਦੇ ਤਾਪਮਾਨ ਨੇੜਲੇ ਬਿੰਦੂ ਦੇ ਵਿੱਚ 30 ਡਿਗਰੀ ਸੈਲਸੀਅਸ ਦਾ ਅੰਤਰ ਹੈ। ਜਿਵੇਂ ਸਾਡੇ ਚੰਦ ਦੇ ਇੱਕ ਪਾਸੇ ਹੀ ਹਲੇ ਸੈਟੇਲਾਈਟਸ ਜਿਹੜੀਆਂ ਉੱਤਰੀਆਂ ਪੋਲੋ ਵਗੈਰਾ ਜਿਹੜੇ ਗਏ ਨੇ, ਇੱਕ ਪਾਸੇ ਉੱਤਰਦੇ ਦੂਜੇ ਪਾਸੇ ਨਹੀਂ ਜਾਂਦੇ, ਇੱਕ ਪਾਸਾ ਦਿਖਦਾ ਵੀ ਨਹੀਂ ਆਪਾਂ। ਤੇ ਮੰਗਲ ਗ੍ਰਹਿ ਤੇ ਭੇਜੇ ਗਏ ਜਿਹੜੇ ਵਾਹਨ ਨੇ ਹੁਣ ਤੱਕ ਉਹਨਾਂ ਦੀ ਜਾਣਕਾਰੀ ਜਿਹੜੀ ਹੈ, ਸਤਾ ਜਿਹੜੀ ਉੱਪਰਲੀ ਉਹ ਬਹੁਤ ਪੁਰਾਣੀ ਤੇ ਖੱਡਿਆਂ ਨਾਲ ਭਰੀਆਂ, ਪਹਾੜੀਆਂ ਵੀ ਨੇ ਪਠਾਰ ਵੀ ਨੇ। ਤਰਲ ਵਸਤੂ ਦੇ ਪ੍ਰਵਾਹ ਜਿਹੜੇ ਨੇ ਵਗਦੇ ਹੋਈਆਂ ਵਾਦੀਆਂ ਤੇ ਉਹਦੇ ਵੀ ਸਬੂਤ ਮਿਲੇ ਨੇ। ਤੇ ਪਾਣੀ ਦੀ ਜਿਹੜੀ ਬਾਕੀ ਪਦਾਰਥਾਂ ਨਾਲੋਂ ਵੱਧ ਸਮਰੱਥਾ ਹੁੰਦੀ ਹੈ। ਵੱਡੀਆਂ ਝੀਲਾਂ ਤੇ ਸਮੁੰਦਰ ਦਾ ਪਤਾ ਲੱਗ ਰਿਹਾ ਵੀ ਮੰਗਲ ਤੇ ਜ਼ਰੂਰ ਹੋਊ। ਵੱਡਾ ਪਹਾੜ ਵੀ ਸਾਡੇ ਮੰਡਲ ਦਾ, ਸੌਰ ਮੰਡਲ ਦਾ ਸਭ ਤੋਂ ਵੱਡਾ ਪਹਾੜ ਮੰਗਲ ਤੇ, ਇਹਦਾ ਨਾਂ ਓਲੰਪਸ ਮੋਨਸ ਹੈ, 24 ਕਿਲੋਮੀਟਰ ਉੱਚਾ ਹੈ। ਮੰਗਲ ਲਗਭਗ -55 ਡਿਗਰੀ ਸੈਲਸੀਅਸ ਉਹਦਾ ਔਸਤ ਤਾਪਮਾਨ,
ਤੇ ਸਤਾ ਦਾ ਇਹਦਾ ਤਾਪਮਾਨ 27 ਡਿਗਰੀ ਸੈਲਸੀਅਸ ਤੋਂ 133 ਤੱਕ ਬਦਲਦਾ। ਅੱਧਾ ਵਿਆਸ ਆਪਣੀ ਧਰਤੀ ਤੋਂ ਤੇ ਇੱਕ ਦਿਨ ਮੰਗਲ ਦਾ 24 ਘੰਟਿਆਂ ਤੋਂ ਥੋੜਾ ਵੱਧਦਾ। ਮੰਗਲ ਦਾ ਇੱਕ ਸਾਲ ਧਰਤੀ ਦੇ 687 ਦਿਨਾਂ ਦੇ ਬਰਾਬਰ ਹੈ, 23 ਮਹੀਨਿਆਂ। ਮੰਗਲ ਦੇ ਧਰੁਵ ਤੇ ਜਿਹੜਾ ਪਾਣੀ ਤੇ ਕਾਰਬਨ ਡਾਈਆਕਸਾਈਡ ਬਰਫ਼ ਦੀ ਇੱਕ ਪਰਤ ਹੈ ਤੇ ਗਰਮੀਆਂ ਚ ਕਾਰਬਨ ਡਾਈਆਕਸਾਈਡ ਦੀ ਪਰਤ ਪਿਘਲ ਜਾਂਦੀ ਹੈ ਤੇ ਪਾਣੀ ਦੀ ਬਰਫ਼ ਦੀ ਇੱਕ ਪਰਤ ਬਾਕੀ ਰਹਿੰਦੀ ਹੈ ਤੇ ਮੰਗਲ ਗ੍ਰਹਿ ਤੇ ਦੇ ਚੱਕਰ ਚ ਘੁੰਮ ਰਹੇ ਮੰਗਲ ਐਕਸਪ੍ਰੈਸ ਨੇ ਤੇ ਉਸਨੇ ਇਸ ਨੂੰ ਵੇਖਿਆ। ਆਪਣੇ ਜਿਵੇਂ ਆਪਣਾ ਉਪਗ੍ਰਹਿ ਚੰਦਰਮਾ, ਮੰਗਲ ਦੇ ਵੀ ਦੋ ਉਪਗ੍ਰਹਿ ਨੇ, ਫੋਬਸ ਤੇ ਡਿਮੋਸ। ਫੋਬਸ ਡਿਮੋਸ ਨਾਲ ਵੱਡਾ। ਧਰਤੀ ਤੇ ਜੇ ਕੋਈ 100 ਕਿਲੋ ਦਾ, ਮੰਗਲ ਗ੍ਰਹਿ ਤੇ ਜਾ ਕੇ 37 ਕਿਲੋ ਦਾ ਰਹਿ ਜਾਂਦਾ। ਤੇ ਇਹ ਜਿਹੜਾ ਫੋਬਸ ਹੈ ਸਾਡੇ ਸੌਰ ਮੰਡਲ ਦਾ ਸਭ ਤੋਂ ਛੋਟਾ ਉਪਗ੍ਰਹਿ ਹੈ। 6000 ਕਿਲੋਮੀਟਰ ਮੰਗਲ ਦੀ ਸਤਹ ਦੂਰ ਹੈ ਤੇ ਸਾਡੀ ਧਰਤੀ ਤੇ ਚੰਦਰਮਾ ਦੀ ਦੂਰੀ ਹੈ ਜਿਹੜੀ ਸਾਡੇ ਉਪਗ੍ਰਹਿ ਦੀ, ਉਹ 384,000 ਕਿਲੋਮੀਟਰ, ਉਹ ਨੇੜੇ ਹੀ ਹੈ। ਤੇ 22 ਕਿਲੋਮੀਟਰ ਫੋਬਸ ਹੈ ਵਿਆਸ ਤੇ ਡਿਮੋਸ ਦਾ 12 ਕਿਲੋਮੀਟਰ। ਫੋਬਸ ਨੂੰ ਬੀਨਸ ਦਾ ਲੋਕ ਪੁੱਤ ਮੰਨਦੇ ਤੇ ਫੋਬਸ ਉਪਗ੍ਰਹਿ ਮੰਗਲ ਦੇ ਆਕਾਸ਼ ਵਿੱਚ ਦਿਨ ਚ 2 ਵਾਰ ਉਹਦੇ ਤੇ ਅਸਤ ਹੁੰਦਾ। ਫੋਬਸ ਹਰ 100 ਸਾਲ ਬਾਅਦ 2.25 ਮੀਟਰ ਮੰਗਲ ਵੱਲ ਨੂੰ ਆ ਰਿਹਾ। 5 ਕਰੋੜ ਸਾਲਾਂ ਚ ਮੰਗਲ ਦੀ ਸਤਾ ਦੇ ਨਾਲ ਟਕਰਾ ਜੂਗਾ ਆ ਕੇ। ਮੰਗਲ ਦੇ ਵਿੱਚ ਲੱਗਣ ਤੋਂ ਬਾਅਦ ਟੁਕੜੇ ਹੋ ਜੂ, ਅੱਜ ਤੋਂ 5 ਕਰੋੜ ਸਾਲਾਂ ਨੂੰ। ਤੇ ਹੁਣ ਮੰਗਲ ਗ੍ਰਹਿ ਦੇ ਦੋਨੇ ਉਪਗ੍ਰਹਿ ਨੇ ਜਿਹੜੇ ਫੋਬਸ ਤੇ ਡਿਮੋਸ, ਜਦ ਮੰਗਲ ਗ੍ਰਹਿ ਦੀ ਯਾਤਰਾ ਹੋਣੀ ਹੈ ਪਹਿਲਾਂ ਇਹਨਾਂ ਨੂੰ ਟਿਕਾਣਾ ਬਣਾਉਣਾ, ਇੱਥੇ ਪਲਾਟ ਸਟੇਸ਼ਨ ਬਣਨੇ। ਪਹਿਲਾਂ 8 ਮਿਸ਼ਨ ਕੰਮ ਕਰ ਰਹੇ ਨੇ, ਇਹਨਾਂ ਚ 7 USA ਦੀ ਚ ਹੈ ਤੇ 1 ਮਹਿਮ ਭਾਰਤ ਦੀ ਵੀ ਹੈ। ਧਰਤੀ ਤੋਂ ਮੰਗਲ ਦੀ ਔਸਤਨ ਦੂਰੀ 22 ਕਰੋੜ ਕਿਲੋਮੀਟਰ ਹੈ। ਅੰਡਾਕਾਰ ਨੇ ਦੋਨੇ ਤੇ ਸੂਰਜ ਦੇ ਦੁਆਲੇ ਘੁੰਮਦੇ ਨੇ ਤੇ ਇਹਦੇ ਕਰਕੇ ਦੋਨਾਂ ਗ੍ਰਹਿਆਂ ਦੀ ਵਿਚਕਾਰ ਦੀ ਦੂਰੀ ਵੱਧਦੀ ਕਰਦੀ ਰਹਿੰਦੀ ਹੈ। ਧਰਤੀ ਤੋਂ ਮੰਗਲ ਦੀ ਘੱਟੋ ਘੱਟ ਦੂਰੀ 5.5 ਕਰੋੜ ਕਿਲੋਮੀਟਰ ਆ, ਵੱਧ ਤੋਂ ਵੱਧ 40 ਕਰੋੜ ਔਸਤਨ ਦੂਰ 22 ਕਰੋੜ ਉਹਨੇ ਤਾਂ ਹੀ ਕਿਹਾ। ਅੱਛਾ, ਪਹਿਲੀ ਵਾਰ ਟੈਲੀਸਕੋਪ ਰਾਹੀਂ 1610 ਚ ਗੈਲੀਲੀਓ ਗੈਲੀਲੀ ਨੇ ਇਸ ਨੂੰ ਵੇਖਿਆ ਤੇ ਨੰਗੀ ਅੱਖ ਨਾਲ ਵੀ ਇਸ ਨੂੰ ਦੇਖ ਲੈਂਦੇ ਆ ਜਿਹੜੇ, ਜਿਹਨਾਂ ਨੂੰ ਪਤਾ ਹੋਵੇ ਕਿੱਥੇ ਕਾ। 24 ਦਸੰਬਰ 2007 ਨੂੰ ਧਰਤੀ ਦੇ ਨੇੜੇ ਮੰਗਲ ਗ੍ਰਹਿ ਆਇਆ 8.82 ਕਰੋੜ ਕਿਲੋਮੀਟਰ। 29 ਜਨਵਰੀ 2010 ਨੂੰ 9.93 ਕਰੋੜ ਕਿਲੋਮੀਟਰ। 3 ਮਾਰਚ 2012 ਨੂੰ 10.07 ਕਰੋੜ ਕਿਲੋਮੀਟਰ। 8 ਅਪ੍ਰੈਲ 2014 ਨੂੰ 9.24 ਕਰੋੜ। 22 ਮਈ 2016 ਨੂੰ 7.53 ਕਰੋੜ। 27 ਜੁਲਾਈ 2018 ਨੂੰ 5.76 ਕਰੋੜ ਕਿਲੋਮੀਟਰ ਨੇੜੇ ਆ ਗਿਆ। 13 ਅਕਤੂਬਰ 2010-20 ਨੂੰ ਪਿਛਲੇ ਸਾਲ 6.21 ਕਰੋੜ ਕਿਲੋਮੀਟਰ ਆ ਗਏ। ਕੋਵਿਡ ਦੇ ਨਾਲ ਤਾਂ ਹੀ ਜੋੜਤਾ। 31 ਜੁਲਾਈ 2020 ਨੂੰ ਪਿਛਲੇ ਸਾਲ ਨਵਾਂ ਮਿਸ਼ਨ ਜਿਹੜਾ ਗਿਆ ਰੋਵਰ ਇੱਕ ਮੰਗਲ ਦੀ ਸਤਹ ਤੇ ਉਤਰਿਆ, ਉਹ ਬਹੁਤ ਕੁਝ ਇਕੱਠਾ ਕਰ ਰਿਹਾ। ਛੋਟਾ ਹੈਲੀਕਾਪਟਰ ਵੀ ਨਾਲ ਭੇਜਿਆ, ਮੰਗਲ ਦੀ ਸਤਹ ਤੇ ਇਕੱਲਾ ਹੀ ਉੱਡਿਆ ਫਿਰਦਾ ਤੇ ਮਿਸ਼ਨ ਸਫਲ ਹੋ ਗਿਆ ਇਹ। ਤੇ ਫਰਵਰੀ ਚ ਪਹੁੰਚਿਆ ਸੀ ਆਹ ਸਾਲ ਤੇ 19 ਅਪ੍ਰੈਲ 2021 ਨੂੰ ਆਹੀ ਸਾਲ ਜਿਹੜਾ ਹੈਲੀਕਾਪਟਰ ਵੀ ਉੱਡਿਆ ਤੇ
2 ਕਿਲੋ ਦਾ ਹੈਡਰੋਨ ਹੈ ਐਂਜੋਇਟੀ ਇਸ ਦਾ ਨਾਮ ਹੈ ਤੇ 1 ਮਿੰਟ ਇਹ ਉੱਡਿਆ ਸੀ ਤੇ ਮੰਗਲ ਗ੍ਰਹਿ ਦੇ ਬਾਰੇ ਬਹੁਤ ਕੁਝ ਕੋਸ਼ਿਸ਼ ਹੈ ਕਿ ਸਿੱਖਿਆ ਜਾਵੇ ਬਹੁਤ ਮੰਗਲ ਗ੍ਰਹਿ ਦੀ ਕਲੋਨੀ ਦੀ ਗੱਲ ਚੱਲ ਰਹੀ ਹੈ ਅਸਲ ਇਲਨ ਮਸਕ ਕਹਿੰਦਾ ਮੈਂ ਮੰਗਲ ਗ੍ਰਹਿ ਤੇ ਮਰਨਾ ਚਾਹ ਚਲੋ ਫਿਰ ਅਗਲੀ ਗ੍ਰਹਿ ਤੇ ਅਗਲੇ ਵੀਰਵਾਰ ਨੂੰ ਤੋਰ ਲਾਂਗੇ ਗੱਲ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਜੀ ਟੀਲ ਫਾਈਨੈਂਸ਼ੀਅਲ ਕੁਲਦੀਪ ਸਿੰਘ ਗਿੱਲ ਗੁਰਜੋਤ ਸਿੰਘ ਗਿੱਲ 604-503-6869 ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਮਨੁੱਖ ਨੂੰ ਆਪਣੀ ਨਿਆਈ ਸੋਚ ਲੈਣੀ ਚਾਹੀਦੀ ਹੈ ਜਿਹੜਾ ਨਾ ਛੜਾ ਮਾਰਦਾ ਮਨੁੱਖ ਇੱਕ ਦੂਜੇ ਦੇ ਹਉਮੈ ਦੇ ਵਿੱਚ ਤੇ ਮੈਂ ਤੇ ਮੈਂ ਤੇ ਮੈਂ ਆਹ ਬ੍ਰਹਿਮੰਡ ਦੇ ਵਿੱਚ ਇਹਨਾਂ ਤਾਰਿਆਂ ਦੇ ਵਿੱਚ ਅਰਬਾਂ ਤਾਰਿਆਂ ਦੇ ਵਿੱਚ ਇੱਕ ਤਾਰਾ ਧਰਤੀ ਉਹਦੇ ਤੇ 6-7 ਅਰਬ ਬੰਦਿਆਂ ਦੇ ਵਿੱਚੋਂ ਇੱਕ ਹਰਜੀਤ ਸਿੰਘ ਹੈ ਟਟੀਰੀ ਵਾਂਗੂ ਲੱਤਾਂ ਚੱਕੀਆਂ ਉੱਪਰ ਨੂੰ ਬਈ ਜੇ ਮੈਂ ਪਰਾਂ ਹੋ ਗਿਆ ਆਹ ਸਾਰੀ ਆਕਾਸ਼ ਗੰਗਾ ਥੱਲੇ ਆ ਜਾ ਬੰਦੇ ਨੂੰ ਸੋਚਣਾ ਚਾਹੀਦਾ ਧਰਤੀ ਤੇ ਜਿੱਥੇ ਅਸੀਂ ਜੰਮੇ ਫਿਰਦੇ ਹਾਂ ਪਤਾ ਹੀ ਨਹੀਂ ਕਿੰਨੇ ਇਸ ਧਰਤੀ ਦੇ ਜਿੱਥੇ ਆਪਾਂ ਘਰ ਬਣਾਇਆ ਇਹਦੇ ਉੱਪਰ ਪਹਿਲਾਂ ਪਤਾ ਨੀ ਕਿੰਨਿਆਂ ਨੇ ਘਰ ਬਣਾ ਲਏ ਉਸ ਧਰਤੀ ਤੇ ਸਿਵਿਆਂ ਦੇ ਵਿੱਚ ਜਿੱਥੇ ਆਪਾਂ ਜਾਣਾ ਉੱਥੇ ਪਤਾ ਨੀ ਕਿੰਨੇ ਕੁ ਫੁੱਕ ਗਏ ਤੇ ਨਿਆਈਓ ਕੁਛ ਨੀ ਇਸ ਬ੍ਰਹਿਮੰਡ ਦੇ ਵਿੱਚ ਧਰਤੀ ਨੂੰ ਜੇ ਦੇਖਣਾ ਹੋਵੇ ਤਾਂ ਉਹ ਮਤਲਬ ਸਰੋਂ ਰਾਈ ਦੇ ਦਾਣੇ ਜੰਗੂ ਦਿਖਦੀ ਹੈ ਰਾਈ ਦੇ ਦਾਣੇ ਵਾਂਗੂ ਮਤਲਬ ਸੂਰਜ ਨੀ ਲੱਭਦਾ ਸੂਰਜ ਤੋਂ ਗਾਹਾਂ ਉਹਦੀ ਪੂਛ ਤੇ ਅਸੀਂ ਬੈਠੇ ਹਾਂ ਅੱਗੇ ਗਾਹਾਂ ਸੂਰਜ ਦੀ ਪੂਛ ਦੇ ਵਿੱਚ ਨਾ ਭੋ ਰੱਖ ਤੇ ਉਹਦੇ ਦੇ ਉੱਪਰ 5-7 ਅਰਬ ਦੇ ਵਿੱਚੋਂ ਇੱਕ ਅੱਧਾ ਆਪਾਂ ਜੇ ਇਨਸਾਨ ਸੋਚੇ ਨਾ ਵੀ ਮੈਂ ਤਾਂ ਬਸ ਐ ਖਿੱਚ ਦੇਈਦਾ ਤੇ ਇੱਥੋਂ ਖਿੱਚ ਕੇ ਆਹ ਕਰ ਦੇਈਦਾ ਤੇ ਉਹ ਕਰ ਦੇਈਦਾ ਤੇ ਜੇ ਕਰ ਦੇ ਤੇ ਡਰਾਉਣ ਦੀ ਨੀ ਗੱਲ ਇਨਸਾਨ ਨੂੰ ਆਪਣੀ ਔਕਾਤ ਦੀ ਗੱਲ ਹੈ ਵੀ ਹੈ ਕੀ ਬੈ ਤੱਤ ਜਿਹੜੇ ਬ੍ਰਹਿਮੰਡ ਦੇ ਤੁਹਾਡੇ ਤੱਤ ਨੇ ਤੁਹਾਡੇ ਸਰੀਰ ਚ ਨੇ ਮੈਗਨੀਸ਼ੀਅਮ ਪੋਟਾਸ਼ੀਅਮ ਕਾਪਰ ਲੈਡ ਯੇ ਤੇ ਵੋ ਹੈਵੀ ਮੈਟਲ ਜਿਵੇਂ ਬੈਦਰੂਬਲ ਉਹਨਾਂ ਦੇ ਨਾਂ ਲਾਤਾ ਸੀ ਹੈਵੀ ਮੈਟਲ ਨੇ ਇਹਦੀਆਂ ਦਵਾਈਆਂ ਬਾਡੀ ਦੇ ਵਿੱਚ ਕੁਛ ਹੁੰਦਾ ਹੈ ਇਹਨਾਂ ਨੂੰ ਤਾਕਤਾਂ ਨੂੰ ਬਾਡੀ ਡਿਸਪੋਜ਼ ਆਫ ਕਰਨਾ ਸ਼ੁਰੂ ਕਰ ਦਿੰਦੀ ਬੰਦ ਕਰ ਦਿੰਦੀ ਜਦੋਂ ਡਿਸਪੋਜ਼ ਆਫ ਬੰਦ ਕਰਨੀ ਜੇ ਇਕੱਠਾ ਕਾਪਰ ਹੋਣ ਲੱਗ ਜਾਵੇ ਕਿਤੇ ਲਿਵਰ ਦੇ ਵਿੱਚ ਲਿਵਰ ਐਂ ਖਤਮ ਹੋ ਜਾਂਦਾ 1 ਮਿਲੀਅਨ ਉਹ ਤੁਸੀਂ ਮੈਂ ਕੋਈ ਵੀ ਹੋ ਸਕਦਾ ਉਹੀ ਬਾਡੀ ਹੈ ਰੋਕ ਦਿੰਦੀ ਹੈ ਸੋ ਇਹਨੂੰ ਜਿੰਨਾ ਔਰਗੈਨਿਕ ਰੱਖਿਆ ਜਾਵੇ ਜਿੰਨਾ ਜੈਵਿਕ ਸਰੀਰ ਨੂੰ ਰੱਖਿਆ ਜਾਵੇ ਜੈਸੇ ਥੇ ਵਾਲੀ ਕਹਾਣੀ ਐਨਸੀਸੀ ਚ ਉਹੀ ਠੀਕ ਆ ਆ ਜਿਹੜੀਆਂ ਚੱਲ ਰਹੀਆਂ ਚੀਜ਼ਾਂ ਨੇ ਨਾ ਆਲੇ ਵਜਨ ਵਧਾ ਲਓ ਜੀ ਵਜਨ ਘਟਾ ਲਓ ਜੀ ਬੈਲੀ ਫੈਟ ਅੰਦਰ ਕਰ ਲਓ ਬੀਅਰ ਵਾਲਾ ਢਿੱਡ ਅੰਦਰ ਨੂੰ ਕਰ ਲਓ ਨਾੜ ਘਟਾਇਆ ਜੀ ਉਹ ਆਹ ਕਰ ਲਓ ਜੀ ਉਹ ਕਰ ਲਓ ਜੀ ਟੈਨ ਕਰਾ ਲਓ ਜੀ ਵਾਲਾਂ ਨੂੰ ਲਾ ਲਓ ਕਲੋਰੀਨ ਦੇ ਨਾਲ ਸਾਫ਼ ਕਰ ਲਓ ਫਿਰ ਪੀਲੇ ਵਾਲ ਕਰ ਲਓ ਫਿਰ ਲਾਲ ਕਰ ਲਓ ਕੁਦਰਤ ਨਾਲ ਜਿਹੜੀ ਛੇੜਛਾੜ ਹੈ ਉਹ ਬਰਬਾਦ ਕਰ ਦਿੰਦੀ ਖਾਸ ਤੌਰ ਤੇ ਜਿਹੜਾ ਅਸੀਂ ਮੂੰਹ ਨੂੰ ਵਧੀਆ ਬਣਾਉਣ ਲਈ ਉੱਚੇ ਲਾਉਂਦੇ ਹਾਂ ਨਾ 70% ਸਰੀਰ ਚ ਜਾਂਦੇ ਫਿਰ ਪਨੀਰ ਦੇ ਵਿੱਚੋਂ ਜਿਹੜਾ ਖਰਾਬ ਹੋ ਜਾਵੇ ਜੇ ਅਜੇ ਹਮਕ ਆਉਂਦੀ ਆ ਉਹ ਜੀ ਪਿੰਡੇ ਚੋਂ ਹਮਕ ਆਉਂਦੇ ਬੰਦੇ ਦੇ ਪਰ ਉਹ ਚੀਜ਼ ਚੱਲੀ ਹੋਈ ਹੈ ਮੈਂ ਹੈਰਾਨ ਹੋ ਗਿਆ ਕਹਿੰਦੇ ਵੀ ਆ ਜਿਹੜੇ ਬਲੌਂਡ ਅਸੀਂ ਬਣਦੇ ਹਾਂ ਕਹਿੰਦੇ ਪਹਿਲੇ ਵਾਰ ਦਾ ਰੰਗ ਬਲੀਚ ਕਰਕੇ ਲਾਉਣਾ ਪੈਂਦਾ ਮੈਂ ਕਿਹਾ ਕਹਿਰ ਹੋ ਗਿਆ ਬਈ ਐਡਾ ਜ਼ੁਲਮ ਹੈ ਤਾਂ ਹੀ ਮੈਂ ਕਿਹਾ ਬਾਲਟੀ ਸਿਰ ਜਡਬੋਈ ਬੈਠੇ ਹੁੰਦੇ ਨੇ ਬੈਠੀਆਂ ਹੁੰਦੀਆਂ ਨੇ ਵੀਰ ਫਾਈਨੈਂਸ਼ੀਅਲ 604-503-6869 ਟਰੱਕ ਟ੍ਰੇਲਰ ਡੰਪ ਟਰੱਕ ਲੈਣਾ ਹੈ 6045-03-696 ਇਨਸਾਨ ਵਧੀਆ ਬਣਨ ਲਈ ਬਹੁਤ ਕੁਛ ਕਰਦਾ ਹੈ ਬਹੁਤ ਕੁਛ ਹੁਣ ਤਾਂ ਥੱਲੜੇ ਕੱਪੜੇ ਵੀ ਦਿਖਾਉਣ ਦਾ ਸ਼ੌਕ ਪੈ ਗਿਆ ਕੱਪੜਿਆਂ ਦੇ ਵਿੱਚ ਥੱਲੜੇ ਕੱਪੜੇ ਦਿਖਦੇ ਆ ਬੰਦੇ ਦੇ ਬੰਦੇ ਦਾ ਜਿਹੜਾ ਥੱਲੇ ਉਹਨੇ ਅੰਡਰ ਗਾਰਮੈਂਟਸ ਪਾਏ ਹੋਏ ਨੇ ਉਹਦਾ ਕੱਟ ਦਿਖਦਾ ਪੈਂਟ ਦੇ ਵਿੱਚੋਂ ਸਿਰੇ ਲੱਗ ਗਈ ਗੱਲ 6045-03-6969 ਪੀਲ ਫਾਈਨੈਂਸ਼ੀਅਲ ਤੇ ਕੁਲਦੀਪ ਸਿੰਘ ਗਿੱਲ ਤੇ ਗੁਰਜੋਤ ਸਿੰਘ ਗਿੱਲ ਕਿੱਥੇ ਝੋਲੀਦਾਰ ਪਜਾਮੇ ਸੀ ਕਿੱਥੇ ਆਹ ਦੇਸ਼ ਚ ਆ ਗਏ ਯਾਰ ਪੁੱਠਾ ਹੀ ਪੰਗਾ ਲੈ ਲਿਆ 6045-03-6969 ਪੀਲ ਫਾਈਨੈਂਸ਼ੀਅਲ ਦੇ ਕੁਲਦੀਪ ਸਿੰਘ ਗਿੱਲ ਗੁਰਜੋਤ ਸਿੰਘ ਗਿੱਲ
ਵਾਲ ਕੱਢ ਲੈਣੇ ਹੱਥ ਜਾ ਫੇਰ ਕੇ ਗੱਡੀ ਟਰੱਕ ਚ ਉਤਰ ਕੇ ਕਾਰ ਚ ਉਤਰ ਕੇ ਪੈਰ ਛੰਡ ਦੇਣੇ ਤੇ ਬਰਾਬਰੋਂ ਪੈਹਾਂ ਦੇ ਵਿੱਚੋਂ ਹੱਥ ਪਾ ਕੇ ਤੇ ਵਾਲ ਮੂਹਰੇ ਪਿੱਛੇ ਕਰਕੇ ਲੱਤਾਂ ਸਹੀ ਕਰ ਲੈਣੀ ਨਾਲ ਖੰਗੂਰਾ ਮਾਰ ਲੈਣਾ ਉੱਠਾ ਹੱਥ ਮੁੱਛ ਤੇ ਫੇਰ ਲੈਣਾ ਇੰਨਾ ਹੀ ਕੰਮ ਹੁੰਦਾ ਸੀ ਇਹਦੇ ਚ ਤਿਆਰੀ ਮਦਰ ਇੰਡੀਆ 604-430-6072 ਮਦਰ ਇੰਡੀਆ ਦਾ ਸਟੋਰ ਜਿਹੜਾ ਉਹ ਮੇਨ ਸਟਰੀਟ ਤੇ ਹੈ ਸਾਰਾ ਸਮਾਨ ਮਿਲ ਰਿਹਾ 48 ਵਰੇ ਹੋ ਗਏ ਸ਼ੁਕਲਾ ਜੀ ਨੂੰ ਬਲਕਿ ਸਰੀਰ ਦੇ ਲਈ ਆ ਕਾੜਾ ਹੁਣ ਫੇਰ ਆ ਗਿਆ ਲੈ ਆਇਓ ਦੁਬਾਰਾ ਇਹਦੀ ਚੌਥਾ ਗੇੜ ਚ ਆਉਣਾ ਤੇ ਕਾੜਾ ਕੂੜਾ ਉਬਾਲ ਕੇ ਪੀ ਲਿਆ ਕਰੋ ਰਾਤ ਨੂੰ ਦੁੱਧ ਚ ਪੂਰਾ ਅੱਧਾ ਚਮਚਾ ਨਹੀਂ ਚਮਚੇ ਦੀ ਚੌਥੇ ਹਿੱਸੇ ਮਾੜਾ ਜਿਹਾ ਜਿਹੜੀ ਹੈ ਹਲਦੀ ਤੇ 5-7 ਤੁਰੀਆਂ ਜਿਹੜੀਆਂ ਨੇ ਕੇਸਰ ਦੀਆਂ ਸੁੱਕ ਲਿਆ ਕਰੋ ਬਸ 604-430-6072-925-8-4248 ਇਹ ਮਨਪ੍ਰੀਤ ਸਿੰਘ ਮਾਨ ਦਾ ਮੰਟੀਕੇ ਵਾਲੇ ਦਾ ਨੰਬਰ ਹੈ ਸਾਰਾ ਸਮਾਨ ਮਦਰ ਇੰਡੀਆ ਦਾ ਉੱਥੇ ਮਿਲਦਾ ਤੇ ਤੁਸੀਂ ਪਲੀਜ਼ ਜਦ ਵੀ ਜਾਣਾ ਜਾਣਾ ਨੀ ਜਿਹੜੇ ਮੰਟੀਕੇ ਰਹਿੰਦੀਆਂ ਨੇ ਮੰਟੀਕੇ ਰਹਿੰਦੇ ਨੇ ਤੇ ਉਹਨਾਂ ਨੂੰ ਜਾਂ ਕੈਲੀਫੋਰਨੀਆ ਰਹਿੰਦੇ ਸਮਾਨ ਚਾਹੀਦਾ ਤਾਂ ਯਾਦ ਰੱਖਿਓ ਮਦਰ ਇੰਡੀਆ ਦਾ ਖਾਸ ਤੌਰ ਤੇ ਹੇਅਰ ਡਾਈ ਸ਼ੈਂਪੂ ਮਨਪ੍ਰੀਤ ਸਿੰਘ ਮਾਨ ਨਾਲ 925-8-4-95-4208 ਤੇ ਗੱਲਬਾਤ ਕਰ ਇਹ ਸੀ ਜੀ ਅੱਜ ਦਾ ਪ੍ਰੋਗਰਾਮ ਅਖੀਰ ਚ ਗੀਤ ਇੱਕ ਅਮਰਿੰਦਰ ਗਿੱਲ ਦਾ ਤੇ ਕੱਲ ਨੂੰ ਮੁੜਦਿਆਂ ਫੇਰ ਰੱਬ ਰੱਖ